ਸਰਕਾਰ ਦੇ ਮੂੰਹ ਤੋਂ ਲੋਕਾਂ ਨੇ ਭਾਂਉ ਭਾਂਉ ਕੇ ਜੁੱਤੀਆਂ ਮਾਰੀਆਂ ਖਡੂਰ ਸਾਹਿਬ ਦੇ ਲੋਕੋ ਜੀ ਤੁਸੀਂ ਦੇਖੋ ਇਹ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੱਧ ਵੋਟਾਂ ਨਾਲ ਜਿੱਤੇ ਸਾਡਾ ਬੰਦਾ ਹੁਣ ਇਹ ਸਰਕਾਰ ਦੇ ਮੂੰਹ ਤੋਂ ਚਪੇੜਾਂ ਹੀ ਮਾਰੀਆਂ ਲੋਕਾਂ ਨੇ ਤੇ ਤੁਸੀਂ ਐਨਐਸਐ ਲਾਈ ਹੈ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਖਤਰਾ ਹੋਇਆ ਐਨਐਸਐ ਸਾਡੇ ਤੇ ਕਿਉਂ ਲੱਗਦਾ ਸਰਦਾਰਾਂ ਤੇ ਕਿਉਂ ਲੱਗਦਾ ਸਿੱਖਾਂ ਤੇ ਕਿਉਂ ਲੱਗਦਾ ਸਾਡੇ ਵਾਸਤੇ ਬਣੇ ਹੋਏ ਤੁਸੀਂ ਕਹਿੰਦੇ ਹੋ ਐਨਐਸਐ ਲੱਗਣੀ ਚਾਹੀਦੀ ਅਸੀਂ ਕਹਿੰਦੇ ਸਰਕਾਰ ਬੰਨਾ ਚਾਹੀਦਾ ਹਰਿਆਣੇ ਦੇ ਵਿੱਚ ਸਾਡਾ ਭਰਾ ਐ ਨਵਦੀਪ ਵਾਟਰ ਕੈਨਰ ਵਾਲਾ ਭਰਾ ਸਾਡਾ ਉਹਦੇ ਧਰ ਕੀ ਉਹਦੇ ਤੇ 14 ਵਰਚੇ ਕਰਦੇ ਨੇ ਇਹਨੇ ਲੂੰਗੀ ਕਿਉਂ ਗਈ ਪਰਤਾਨੂੰ ਵੀ 20000 ਵੋਟ ਤੇ ਜਿੱਤ ਗਏ ਵੀ ਇੱਕ ਘਰ ਬੈਠੇ ਬਿਮਾਰ ਬੰਦੇ ਨੂੰ ਪਾ ਕੇ ਕਿੱਥੇ ਘਟ ਦੇਣਾ ਇਹ ਕਾਂਗਰਸ ਦਾ ਹਿੱਸਾ ਹੀ ਨਹੀਂ ਮੇਰਾ ਆਪਣਾ ਇੱਕ ਰਸਤਾ ਹੈ ਤੁਹਾਨੂੰ ਮੇਰੀ ਆਪਣੀ ਇੱਕ ਸੋਚ ਹੈ ਉੱਤੋਂ ਬਾਦਲਾਂ ਨਾਲ ਸਮਝੌਤਾ ਕਰ ਲਿਆ ਬਠਿੰਡੇ ਉੱਪਰੋਂ ਝਾੜੂ ਨਾਲ ਸਮਝੌਤਾ ਕਰ ਲਿਆ ਫੇਰ ਵੀ ਕਿ 20000 ਵੋਟ ਤੇ ਜਿੱਤਿਆ ਇਹ ਤਕਲੀਫ ਆ ਤੁਹਾਨੂੰ ਥੋੜੀ ਵੋਟਾਂ ਪਈਆਂ ਨੇ ਕਿ ਤਾਂ ਤੋਂ ਬੰਦ ਨਿਸ਼ਾਨਾਂ ਨੂੰ ਵੋਟਾਂ ਦਿੰਦੀਆਂ ਨੇ ਕੁਝ ਤੁਸੀਂ ਲੋਕਾਂ ਨੂੰ ਨਸ਼ੇ ਬਦਲੇ ਖਰੀਦ ਲੀਆਂ ਕੁਝ ਤੁਸੀਂ ਪੈਸੇ ਨਾਲ ਖਰੀਦ ਲੀਆਂ ਵੋਟਾਂ ਸਰ ਸਾਹਿਬ ਜਿੱਦੇ ਨੇ ਸਾਰੇ ਹਲਕਿਆਂ 'ਚ ਕਾਂਗਰਸ ਆ ਰਹੀ ਐ ਜਿੱਥੇ ਪ੍ਰਧਾਨ ਦਾ ਘਰ ਆ ਉਹ ਜਿੱਮੇਵਰੀ ਕੌਣ ਲਊਗਾ ਉਹ ਜਿੱਮੇਵਰੀ ਵੀ ਲਓ ਖੁਲਦਰੀ ਦੇ ਨਾਮ ਕਹੋ ਕਿ ਹਾਂ ਜੀ ਇਹ ਸਾਡੀ ਕਰਤੂਤ ਮਾਰੀ ਸੀ ਕਾਂਗਰਸ ਦੇ ਵੱਡੇ ਲੀਡਰ ਮੰਨੇ ਜਾਣ ਵਾਲੇ ਦਰਸ਼ਨ ਸਿੰਘ ਬਰਾੜ ਜਿਨ੍ਹਾਂ ਨੂੰ ਪਿਛਲੇ ਦਿਨੀ ਪਾਰਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਪਾਰਟੀ 'ਚੋਂ ਬਾਹਰ ਕਰ ਦਿੱਤਾ ਏ ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਕਮਲਜੀਤ ਬਰਾੜ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਦੇਖਦੇ ਹੋਏ ਪਾਰਟੀ ਚੋਂ ਬਾਹਰ ਕੱਢਦੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਕਮਲਜੀਤ ਸਿੰਘ ਬਰਾੜ ਇਹਨਾਂ ਨੇ ਗੱਲ ਕਰ ਲੈਣੇ ਨੇ ਇਸ ਤਰ੍ਹਾਂ ਦੀ ਕੀ ਗੱਲਬਾਤ ਹੋਈ ਕਿ ਪਾਰਟੀ ਨੇ ਦੋਨਾਂ ਨੂੰ ਪਾਰਟੀ ਚੋਂ ਬਾਹਰ ਕੱਢਤਾ ਪਰਿਵਾਰ ਨੂੰ ਬਾਹਰ ਕੱਢਤਾ ਕਾਂਗਰਸ ਦੇ ਵਿੱਚੋਂ ਕਿਉਂਕਿ ਲੰਬਾ ਸਮਾਂ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਦਰਸ਼ਨ ਸਿੰਘ ਬਰਾੜ ਇੱਕ ਵਾਰੀ ਮੰਤਰੀ ਵੀ ਰਹਿ ਚੁੱਕੇ ਨੇ ਕਮਲਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਮੋਗਾ ਦੇ ਔਰ ਕਈ ਅਹੁਦੇ ਤੇ ਵੀ ਰਹਿ ਚੁੱਕੇ ਨੇ ਲੇਕਿਨ ਇਸ ਤਰ੍ਹਾਂ ਦੀ ਕੀ ਗੱਲ ਹੋਈ ਕਿ ਪਾਰਟੀ ਨੇ ਬਾਰ ਦਰਸਾ ਦਿਖਾਤਾ ਕਮਲ ਜੀ ਜੀ ਗੱਲ ਕਰਾਂਗੇ ਤੁਹਾਡੇ ਨਾਲ ਪਹਿਲਾਂ ਤੁਹਾਡੇ ਤੇ ਕਾਰਵਾਈ ਕੀਤੀ ਪਾਰਟੀ ਵਿਰੋਧੀ ਗਤੀਵਿਧੀਆਂ ਫਿਰ ਪਿਤਾ ਜੀ ਤੇ ਜਦ ਕਿ ਬੈੱਡ ਤੇ ਵੀ ਉਹ ਸੇਬ ਠੀਕ ਨਹੀਂ ਸੀ ਕੀ ਸਮਝਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੇ ਕਾਰਵਾਈ ਤਾਂ ਤੁਹਾਨੂੰ ਪਤਾ ਹੀ ਹੈ ਕਿਉਂ ਕੀਤੀ ਸੀ ਕਿਉਂਕਿ ਮੈਂ ਕੇਸਰੀ ਨਿਸ਼ਾਨ ਚੱਕਿਆ ਮੈਂ ਧਾਰਮਿਕ ਸਮਾਗਮਾਂ ਸ਼ਮੂਲੀਅਤ ਕਰਦਾ ਰਿਹਾ ਬਰਗਾੜੀ ਮੋਰਚੇ ਜਾਂਦਾ ਰਿਹਾ ਕਾਂਗਰਸੀ ਸਰਕਾਰ ਹੁੰਦੇ ਆ ਬਾਬਲ ਮੋਰਚਾ ਲੱਗਾ ਰਿਹਾ ਆ ਆਮ ਆਦੀ ਪਾਰਟੀ ਸਰਕਾਰ ਦੇ ਖਿਲਾਫ ਉੱਥੇ ਕੋਈ ਹੋਰ ਸਿਆਸੀ ਬੰਦਾ ਗਿਆ ਹੀ ਨਹੀਂ ਆਪਾਂ ਇੱਕ ਸਿੱਖ ਹੋਣ ਦਾ ਫਰਜ਼ ਸਮਝ ਕੇ ਜਾਂਦੇ ਰਹੇ ਉੱਥੇ ਕਿਉਂਕਿ ਸਾਡੀ ਲੜਾਈ ਹੈ ਇਨਸਾਫ ਦੀ ਲੜਾਈ ਲੜਨਾ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਤਾਂ ਇਸ ਤੋਂ ਤਕਲੀਫ ਹੋਈ ਹੋਣੀ ਹੈ ਪ੍ਰਧਾਨ ਨੂੰ ਤੋਂ ਨੇ ਆਪਦੀ ਕਾਰਵਾਈ ਕਰਤੀ ਜਾਉ ਮਨ ਸਿਕਿਉਰਟੀ ਹੋਣੀ ਹੈ ਕਿ ਹੋਰੇ ਲੋਕ ਵੀ ਅੱਗੇ ਨਿਕਲ ਜਾਣਗੇ ਸ਼ਾਹੀਦਤੇ ਸੀ ਕਿ ਜਿਹੜੇ ਬੰਦੇ ਕਿਸਾਨ ਅੰਦੋਲਨ ਚ ਜਾਂਦੇ ਆ ਜਿਹੜੀ ਥੋੜਾ ਬੰਦਾ ਲਖੀਂਪੁਰ ਖੀਰੀ ਗਿਆ ਜਿਹੜਾ ਬੰਦਾ ਡਿਵਡਬਾ ਫਾਰਮ ਦੇ ਵਿੱਚ ਵੀ ਗਿਆ ਉੱਥੇ ਵੀ ਨਵਰੀ ਸਿੰਘ ਡਿਵਡਬਾ ਦੀ ਮੌਤ ਹੋਈ ਸੀ ਪੁਲਿਸ ਦੀ ਗੋਲੀ ਨਾਲ ਕਿਸਾਨ ਅੰਦੋਲਨ ਚ ਉਸ ਤੋਂ ਬਾਅਦ ਜੀਰਾ ਮੋਰਚਾ ਫੈਕਟਰੀ ਮੋਰਚਾ ਲੱਗਿਆ ਜਿਹੜਾ ਇਨਸਾਨ ਥੋੜੇ ਹਰ ਜਗ੍ਹਾ ਥੋੜੀ ਸ਼ਮੂਲੀਅਤ ਕਰਦਾ ਰਿਹਾ ਕਾਂਗਰਸ ਪਾਰਟੀ ਦੀ ਹਰ ਇੱਕ ਜਗ੍ਹਾ ਗੱਲ ਕਰਦਾ ਰਿਹਾ ਉੱਥੇ ਕਾਂਗਰਸ ਦਾ ਨਾਮ ਤਾਂ ਕਿਤੇ ਨਾ ਕਿਤੇ ਆਉਂਦਾ ਸੀ ਨਾ ਜਦੋਂ ਅਸੀਂ ਇਹਨਾਂ ਮੋਰਚਿਆਂ 'ਚ ਸ਼ਾਮਲ ਹੁੰਦੇ ਸੀ ਕੀ ਕੋ ਰੇਸਟੀ ਤੋਂ ਤਕਲੀਫ ਹੋਈ ਹੋਣੀ ਆ ਕਿ ਅਸੀਂ ਤਾਂ ਉੱਥੇ ਜਾਂਦੇ ਨਹੀਂ ਮੇਰੇ ਵਾਰੀ ਪਰ ਪਿਤਾ ਜੀ ਵਾਰੀ ਤਾਂ ਹੁਣ ਤੁਸੀਂ ਆਪ ਹੀ ਜਾਣਦੇ ਤੁਹਾਨੂੰ ਪਤਾ ਤੁਸੀਂ ਵੀ ਉਸ ਦਿਨ ਘਰ ਜਾ ਕੇ ਆਏ ਹੋ ਤੇ ਉਹਨਾਂ ਦੀ ਸਿਹਤ ਕਿਹੋ ਜਿਹੀ ਸੀ ਜਦ ਤੁਸੀਂ ਮਿਲ ਕੇ ਆਏ ਹੋ ਤੁਰਿਆ ਤਾਂ ਉਹਨਾਂ ਤੋਂ ਚੰਗੀ ਤਰ੍ਹਾਂ ਜਾਂਦਾ ਨਹੀਂ ਆਪਣੇ ਆਪ ਇੰਨੀ ਕਮਜ਼ੋਰੀ ਆ ਤੇ ਉੱਪਰੋਂ ਇਹੋ ਜਿਹਾ ਦਿਮਾਗੀ ਤੌਰ ਤੇ ਟੌਰਚਰ ਕਰਨਾ ਇੱਕ ਉਸ ਬੰਦੇ ਨੂੰ ਜਿਸ ਬੰਦੇ ਨੇ ساری ਜ਼ਿੰਦਗੀ ਪਾਰਟੀ ਦੀ ਨਿਰਸਵਾਰਥ ਸੇਵਾ ਕੀਤੀ ਹੋਵੇ ਔਰ ਉੱਥੇ ਸੇਵਾ ਕੀਤੀ ਹੋਵੇ ਜਿੱਥੇ ਕਾਂਗਰਸ ਦਾ ਕੋਈ ਨਾਂ ਹੀ ਨਹੀਂ ਸੀ ਲੈ ਕੇ ਰਾਜੀ ਉੱਥੇ ਕਾਂਗਰਸ ਨੂੰ ਖੜਾ ਕਰਨਾ ਕਾਂਗਰਸ ਨੂੰ ਜਿਉਂਦਾ ਰੱਖਣਾ ਤੋ ਇਹ ਮੰਦਪਾ ਗਏ ਉਹਨਾਂ ਨੂੰ ਮੈਨੂੰ ਤਾਂ ਕੋਈ ਅਫਸੋਸ ਨਹੀਂ ਇਸ ਗੱਲ ਦਾ ਪਰ ਫਿਰ ਵੀ ਉਹਨਾਂ ਤੇ ਕਾਰਵਾਈ ਹੋਈ ਆ ਤਾਂ ਉਹਨਾਂ ਨੂੰ ਤਾਂ ਇਸ ਗੱਲ ਦੀ ਤਕਲੀਫ ਹਾਲੇ ਵੀ ਹੈਗੀ ਆ ਪਰ ਜਦੋਂ ਚੋਣ ਜਿੱਤ ਜਾਂਦੇ ਹੋ ਤੁਸੀਂ ਇਲੈਕਸ਼ਨ ਜਿੱਤ ਜਾਂਦੇ ਹੋ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਹ ਗਿਲੇ ਸ਼ਿਕਵੇ ਤਕਲੀਫਾਂ ਭੁੱਲ ਜਾਂਦੀਆਂ ਪਾਕੀ ਸਾਰਾ ਕੁਝ ਭੁੱਲ ਜਾਂਦਾ ਪਰ ਪਤਾ ਨਹੀਂ ਕਿਉਂ ਪੀੜੇ ਨਹੀਂ ਡੂੰਗੀ ਕਿਉਂ ਗਈ ਪ੍ਰਧਾਨ ਨੂੰ ਵੀ 20 ਇਅਰ ਵੋਟ ਤੇ ਜਿੱਤ ਕੇ ਵੀ ਉਹ ਇੱਕ ਘਰ ਬੈਠੇ ਬਿਮਾਰ ਬੰਦੇ ਨੂੰ ਪਾਰਟੀ ਚੋਂ ਕੱਢ ਦੇਣਾ ਉਹ ਤੋਂ ਉਸ ਤੋਂ ਬਾਅਦ ਤੁਸੀਂ ਦੇਖ ਲਓ ਆਪ ਹੀ ਪਾਰਟੀ ਦੇ ਸੀਨੀਅਰ ਲੀਡਰ ਨੇ ਸਦਾ ਲਾਲ ਸਿੰਘ ਹੋਰੀ ਉਹਨਾਂ ਦੀ ਆਡੀਓ ਆਈ ਹੈ ਸ਼ਰੇਮ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਤਾਂ ਨਿੱਜੀ ਤੌਰ ਤੇ ਕੋਈ ਡਰ ਖਾ ਰਿਆ ਹੈ ਨਿੱਜੀ ਤੌਰ ਤੇ ਤਕਲੀਫ ਕਿਸ ਤਰ੍ਹਾਂ ਦਾ ਨਿੱਜੀ ਤੌਰ ਤੇ ਡਰ ਨਿੱਜੀ ਤੌਰ ਤੇ ਤਕਲੀਫ ਹੋਈ ਹੈ ਨਾ ਵੀ ਤੁਸੀਂ ਤੁਸੀਂ ਲੁਧਿਆਣੇ ਉਹਨਾਂ ਦੇ ਖਿਲਾਫ ਜਾ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਜਿੱਤੇ ਲੜੇ ਸੌਰੀ ਤੇ ਉਸ ਤੋਂ ਬਾਅਦ 42000 ਤੋਂ ਉੱਪਰ ਵੋਟਾਂ ਵੀ ਕਨੂ ਬਈਆਂ ਦੇਖੋ ਇੱਕ ਪਾਸੇ ਚੋਣ ਨਿਸ਼ਾਨਾ ਨਾ ਬੱਜੇ ਹੋਏ ਲੋਕ ਹੁੰਦੇ ਨੇ ਸਾਨੂੰ ਚੋਣ ਨਿਸ਼ਾਨ ਮਿਲਿਆ 18 ਤਰੀਕ ਨੂੰ 13 ਦਿਨ ਸੀ ਸਾਡੇ ਕੋਲੇ ਤੇ 13 ਕਿ ਦਿਨਾਂ ਚ ਪਾਸ਼ਾ ਦੀ ਰਹਿਮਤ ਦੇ ਨਾਲ ਜੋ ਉਹਨਾਂ ਨੇ ਪਾਸ਼ਾ ਨੇ ਬਖਸ਼ਿਸ਼ ਕੀਤੀ ਉਹਦੋਂ ਬੜੇ ਖੁਸ਼ ਹਾਂ ਸੰਤੁਸ਼ਟ ਹਾਂ ਸੀ ਔਰ ਸਮਝਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਸਾਰਾ ਪੰਜਾਬ ਲਿਆ ਕੇ ਲੁਧਿਆਣੇ ਚ ਬਿਠਾ ਲਿਆ ਤੁਸੀਂ ਤਕਲੀਫ ਤਾਂ ਸੁਭਾਵਿਕ ਆ ਨਾ ਇੱਕ ਤਾਂ ਪੰਜਾਬ ਦਾ ਹਰੇਕ ਵਰਕਰ ਹਰੇਕ ਕੋਨੇ-ਕੋਨੇ ਤੋਂ ਆ ਮੋਗੇ ਤੋਂ ਬਹੁਤ ਵਰਕਰ ਲਿਆ ਕੇ ਲਿਆ ਕੇ ਬਿਠਾਈ ਉੱਥੇ ਜਗਰਾਉਂ ਦੇ ਵਿੱਚ ਮੈਂ ਇਕੱਲੇ-ਇਕੱਲੇ ਦਾ ਨਾਂ ਜਾਣਦਾ ਮੈਂ ਇਕੱਲੇ-ਇਕੱਲੇ ਨੂੰ ਇਹ ਜਾਣਦਾ ਵੀ ਕਿਹੜੇ-ਕਿਹੜੇ ਪਿੰਡ ਬੈਠੇ ਆ ਉਹ ਜੇ ਅੱਜ ਗੱਲ ਕਰਨੀ ਹੋਵੇ ਤੇ ਇਹ ਪਾਰਟੀ ਵਿਰੋਧੀ ਕਾਰਵਾਈ ਨਹੀਂ ਕਿ ਤੁਸੀਂ ਜਿੱਥੇ ਤੁਹਾਡੀ ਵੋਟ ਆ ਜਿੱਥੇ ਤੁਹਾਡਾ ਪ੍ਰਚਾਰ ਕਰਨਾ ਬਣਦਾ ਜਿੱਥੇ ਤੁਸੀਂ ਮੈਂਬਰ ਹੋ ਜਿੱਥੇ ਤੁਸੀਂ ਸਰਪੰਚ ਹੋ ਜਿੱਥੇ ਤੁਸੀਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੋ ਉਹ ਇਲਾਕਾ ਛੱਡ ਕੇ ਤੁਸੀਂ ਹੋਰ ਇਲਾਕੇ ਚ ਪ੍ਰਧਾਨ ਦੇ ਪਿੱਛੇ ਪ੍ਰਚਾਰ ਕਰਦੇ ਫਿਰਦੇ ਹੋ ਇਹਦੇ ਇਸ ਤਰ੍ਹਾਂ ਦਾ ਤਾਂ ਨਹੀਂ ਕਿਤੇ ਜਿਵੇਂ ਕਾਂਗਰਸ ਦਾ ਉਮੀਦਵਾਰ ਅਫਰੀਦਗੋੜ ਤੋਂ ਬੀਬੀ ਅਮਰਜੀਤ कौर ਦਾ ਹੋ ਕੇ ਬਰਾੜ ਪਰਿਵਾਰ ਨੇ ਉਹਨਾਂ ਦਾ ਵੀ ਸਾਥ ਨਹੀਂ ਦਿੱਤਾ ਕਿਤੇ ਇਹ ਵੀ ਰੰਜਿਸ਼ ਹੋ ਸਕਦੀ ਹੈ ਇਹ ਵੀ ਗਿਲਾ ਹੋ ਸਕਦਾ ਹੈ ਕਿ ਬਰਾੜ ਪਰਿਵਾਰ ਨੇ ਇੱਕ ਪਾਰਟੀ ਦਾ ਸਾਥ ਨਹੀਂ ਦਿੱਤਾ ਜਾਂ ਤੁਸੀਂ ਵੀ ਸਰਬਜੀਤ ਦਾ ਸਾਥ ਦਿੱਤਾ ਨਹੀਂ ਆਪਾਂ ਤਾਂ ਡਾਂਕੇ ਦੀ ਚੋੜ ਤੇ ਸਾਥ ਦਿੱਤਾ ਸਰਬਜੀਤ ਸਿੰਘ ਦਾ ਸਾਡਾ ਤਾਂ ਫਰਜ਼ ਹੀ ਬਣਦਾ ਸੀ ਨਾ ਕਿ ਕੁਰਬਾਨੀ ਮੈਂ ਤਾਂ ਕਾਂਗਰਸ ਹੈ ਨਹੀਂ ਮੈਂ ਕਿਉਂ ਕਾਂਗਰਸ ਦਾ ਸਾਥ ਦੇਵਾਂ ਬਈ ਮੈਂ ਕਾਂਗਰਸ ਦਾ ਹਿੱਸਾ ਹੀ ਨਹੀਂ ਮੇਰਾ ਆਪਣਾ ਇੱਕ ਰਸਤਾ ਹੈ ਤੁਰਨ ਦਾ ਮੇਰੀ ਆਪਣੀ ਇੱਕ ਸੋਚ ਹੈ ਤੇ ਮੈਂ ਆਪਣੀ ਉਹ ਸੋਚ ਦੇ ਨਾਲ ਉਸ ਸ਼ਹੀਦ ਪਰਿਵਾਰ ਦਾ ਸਾਥ ਦਿੱਤਾ ਔਰ ਦੇਣਾ ਵੀ ਬਣਦਾ ਸੀ ਮੈਂ ਤਾਂ ਸਭੋ ਸਾਰੇ ਪੰਚਾਂ ਸਰਪੰਚਾਂ ਨੂੰ ਪ੍ਰੇਰਿਆ ਹੈ ਕਿਸੇ ਦੀ ਮਿਹਨਤ ਕੀਤੀ ਕਿਸੇ ਨੂੰ ਗੁੱਸੇ ਵੀ ਹੋਇਆ ਤਰਲਾ ਵੀ ਕੀਤਾ ਹਰੇਕ ਦਾ ਵੀ ਜਣਾ ਆਪਣਾ ਫਰਜ ਬਣਦਾ ਇਸ ਵਾਰ ਆਪਣੇ ਹਿੱਸੇ ਕਿਉਂਕਿ ਇੱਕ ਚੀਜ਼ ਸੀ ਨਾ ਕਿ ਪਿਛਲੀ ਵਾਰ ਦਾ ਖਡੂਰ ਸਾਹਿਬ ਵਾਲੀ ਸੰਗਤ ਨੂੰ ਮੀਣਾ ਵੱਜਦਾ ਖਡੂਰ ਸਾਹਿਬ ਦੇ ਇਲਾਕੇ ਵਾਲ ਨੂੰ ਮੀਣਾ ਵੱਜਿਆ ਸੀ ਬੀਬੀ ਖਾਲੜਾ ਜੀ ਦਾ ਤੇ ਮੈਂ ਤਾਂ ਹਰੇਕ ਨੂੰ ਕਿਹਾ ਕਿ ਵੇਖੋ ਕਿ ਤੇ ਫਰੀਦਕੋਟ ਵਾਲੇ ਉਹ ਆਪਾਂ ਮੀਣਾ ਨਾਲ ਲੈ ਲਈਏ ਬਾਕੀ ਬਣਾਉਣੇ ਵਾਲੇ ਉਹਨੇ ਕੁਲ ਕੇ ਸਪੋਰਟ ਕੀਤੀ ਤੁਸੀਂ ਸਰਬਜੀਤ ਇਹ ਤਾਂ ਕੋਈ ਮੈਂ ਲੋਕਸ਼ੇਪ ਵਾਲੀ ਗੱਲ ਹੀ ਨਹੀਂ ਹੈਗੀ ਮੈਂ ਸਪੋਰਟ ਅਸੀਂ ਹਰੇਕ ਪਿੰਡ ਚ ਪ੍ਰੋਗਰਾਮ ਕਰਵਾਇਆ ਉਹਨਾਂ ਦਾ ਨਿਹਾਲ ਸਿੰਘ ਵਾਲੇ ਸਾਡੇ ਸਰਪੰਚਾਂ ਨੇ ਜਿਹੜੇ ਸਾਡੇ ਨਾਲ ਸੰਬੰਧਤਾ ਬਾਗੇ ਆਪਣੇ ਸਾਡੇ ਸਰਪੰਚ ਜਿਹੜੇ ਸੰਬੰਧਤਾ ਇਹਦੇ 'ਚ ਮੇਰੇ ਪਿਤਾ ਜੀ ਦਾ ਤਾਂ ਕੋਈ ਦੋਸਤ ਨਹੀਂ ਨਾ ਮੇਰੇ ਪਿਤਾ ਜੀ ਤਾਂ ਬੈੱਡ ਤੇ ਨੇ ਉਹ ਤਾਂ ਘਰੋਂ ਬਾਹਰ ਹੀ ਨਹੀਂ ਆਏ ਕਿਸੇ ਸਮਾਗਮ 'ਚ ਹਿੱਸਾ ਨਹੀਂ ਲਿਆ ਤੁਸੀਂ ਇਹ ਦੱਸੋ ਕਿ ਕਿਹੜਾ ਆਗੂ ਉਹਨਾਂ ਕੋਲ ਘਰੇ ਗਿਆ ਚੱਲ ਕੇ ਆਗੂ ਤਾਂ ਹਰ ਜਦ ਤਾ ਇਹ ਬਣਦਾ ਹੁੰਦਾ ਨਾ ਵੀ ਜਿਹੜੇ ਰੁੱਸੇ ਹੋਏ ਆ ਪਾਰਟੀ ਨੂੰ ਤਖਲਾ ਤਾਂ ਤਾਂ ਹੀ ਕੀਤਾ ਜਾਂਦਾ ਜਿਹੜਾ ਕੋਈ ਘਰੇ ਬੈਠਾ ਹੈ ਕੋਈ ਬਿਮਾਰ ਆ ਕੋਈ ਗੁੱਸੇ 'ਕਿ ਲਈ ਆ ਕਿਸੇ ਨੂੰ ਪਾਰਟੀ 'ਚੋਂ ਕੱਢਿਆ ਹੋਇਆ ਉਹਦੇ ਕੋਲ ਜਾਂਦਾ ਹਰੇਕ ਬੰਦਾ ਮੈਂ ਤਾਂ ਇਹ ਕਰਦਾ ਉੱਥੇ ਤਾਂ ਪ੍ਰਧਾਨ ਆਪ ਤਾਂ ਲਟਦਾ ਫਿਰਦਾ ਸੀ ਪਹਿਲਾਂ ਚ ਲੋਕਾਂ ਦੇ ਤੇ ਇੱਥੇ ਲੋਕਾਂ ਨੂੰ ਜਿਹੜੇ ਬੰਦਿਆਂ ਕੋਲੇ ਵੋਟ ਬੈਂਕ ਸੀ ਜਿਨ੍ਹਾਂ ਦੇ ਨਾਲ ਲੋਕ ਜੁੜੇ ਹੋਏ ਆ ਉਹਨਾਂ ਨੂੰ ਪੁੱਛਿਆ ਨਹੀਂ ਤੇ ਜੇ ਉਹਨਾਂ ਨੂੰ ਨਹੀਂ ਪੁੱਛਿਆ ਤਾਂ ਹੁਣ ਤੁਸੀਂ ਇਸ ਗੱਲ ਦੀ ਤਕਲੀਫ ਮੰਨਦੇ ਹੋ ਜਿਹੜੇ ਬੰਦੇ ਤੁਸੀਂ ਇੱਥੋਂ ਕਾਂਗਰਸ ਚ ਘਰੋਂ ਤੋਰ ਕੇ ਗਏ ਹੋ ਮੋਗਾ ਜ਼ਿਲ੍ਹੇ ਦੇ ਉਹਨਾਂ ਨੂੰ ਤੁਸੀਂ ਜਗਰਾਉਂ ਲਈ ਰੱਖਿਆ ਉਹ ਆਪਣੇ ਇਲਾਕੇ 'ਚ ਉਹਨਾਂ ਨੇ ਕੰਮ ਨਹੀਂ ਕੀਤਾ ਕੀ ਇਹ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਇਹ ਰਾਣਾ ਗੁਰਜੀਤ ਸਿੰਘ ਜੀ ਦਾ ਮੇਰੇ ਤਾਇਆ ਜੀ ਦਾ ਇੱਕ ਇੰਟਰਵਿਊ ਆਇਆ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਕਿ ਸਾਰਾ ਪੰਜਾਬ ਤੁਸੀਂ ਲੁਧਿਆਣੇ 'ਚ ਸੱਦ ਲਿਆ ਹੁਣ ਤਕਲੀਫ ਤਾਂ ਇਹ ਹੈ ਨਾ ਕਿ ਇੱਕ ਤਾਂ ਸਾਰੇ ਪੰਜਾਬ ਦੇ ਵਰਕਰ ਲੁਧਿਆਣੇ ਸੱਦਲੇ ਉੱਤੋਂ ਬਾਦਲਾਂ ਨਾਲ ਸਮਝੌਤਾ ਕਰ ਲਿਆ ਬਠਿੰਡੇ ਉੱਪਰੋਂ ਝਾੜੂ ਨਾਲ ਸਮਝੌਤਾ ਕਰ ਲਿਆ ਫੇਰ ਵੀ ਕਿ 20000 ਵੋਟ ਤੇ ਜਿੱਤਿਆ ਇਹ ਤਕਲੀਫ ਆ ਤੁਹਾਡੇ ਤੇ ਤਾਂ ਜਿਆਦਾ ਗਿਲਾ ਹੋਣਾ ਕਿ 42000 ਵੋਟ ਦੂਜੀ ਲੈ ਨਾ ਚਲੋ ਆਪਣੇ ਤਾਂ ਭਾਗਾਂ ਦੀ ਗੱਲ ਹੈ ਨਾ ਕੋਈ ਕਿਸੇ ਦਾ ਮੁਕੱਦਰ ਤਾਂ ਨਹੀਂ ਖੋ ਸਕਦਾ ਨਾ ਆਪਾਂ ਨੂੰ ਤਾਂ ਚਲੋ ਇੱਕ ਬਹੁਤ ਵਧੀਆ ਚੰਗੇ ਨੌਜਵਾਨਾਂ ਦੀ ਚੰਗੇ ਵਿਚਾਰ ਵਾਲਿਆਂ ਦੀ ਉਹਨਾਂ ਮਾਵਾਂ ਦੀ ਇੱਕ ਟੀਮ ਸਾਨੂੰ ਮਿਲੀ ਹੈ ਜਿਹੜੇ ਚੰਗੇ ਇੱਕ ਵਿਚਾਰ ਨਾ ਖੜੇ ਆ ਜਿਨ੍ਹਾਂ ਨੂੰ ਅਸੀਂ ਆਪ ਦੇ ਵਿਚਾਰ ਤੋਂ ਜਾਣੂ ਕਰਾਇਆ ਇੱਕ ਪਾਸੇ ਇਹਨਾਂ ਦਾ ਵਿਚਾਰ ਸੀ ਇਹਨਾਂ ਨਾਲ ਤਾਂ ਫਿਰ ਉਹ ਆਪਾਂ ਤੇ ਇੱਕੋ ਗੱਲ ਕਰਦੇ ਆ ਨਾ ਅਸੀਂ ਤਾਂ ਆਜ਼ਾਦ ਖੜੇ ਆ ਤੁਹਾਡੇ ਕੋਲ ਤਾਂ ਚੋਣ ਨਿਸ਼ਾਨ ਸੀ ਇਹ ਤੁਹਾਨੂੰ ਥੋੜੀ ਵੋਟਾਂ ਪਈਆਂ ਨੇ ਇਹ ਤਾਂ ਤੁਹਾਡੇ ਨਿਸ਼ਾਨਾਂ ਨੂੰ ਵੋਟਾਂ ਪਈਆਂ ਨੇ ਕੁਝ ਤੁਹਾਡੇ ਨਿਸ਼ਾਨਾਂ ਨੂੰ ਪੈ ਗਏ ਆ ਪੰਜੇ ਨੂੰ ਜਾਂ ਉਹਨੂੰ ਕਮਲ ਦੇ ਫੁੱਲ ਨੂੰ ਜਾਂ ਝਾੜੂ ਨੂੰ ਜਾਂ ਟੱਕੜੀ ਨੂੰ ਕੁਝ ਤੁਸੀਂ ਲੋਕਾਂ ਨੂੰ ਨਸ਼ੇ ਬਦਲੇ ਖਰੀਦ ਲੀਆਂ ਕੋਚ ਤੁਸੀਂ ਪੈਸੇ ਨਾਲ ਖਰੀਦ ਲਿਆ ਵੋਟਾਂ ਸਾਨੂੰ ਤਾਂ ਨਰੋਲ ਸਾਨੂੰ ਪਈਆਂ ਜਿਹੜੀਆਂ 42500 ਪਈਆਂ ਹਾਂ ਤੁਹਾਡੇ ਚ ਜਿਗਰਾ ਹੈਗਾ ਤੁਸੀਂ ਆਪ ਦਾ ਨਿਸ਼ਾਨ ਪਾਸੇ ਰੱਖ ਕੇ ਆ ਜਾਓ ਆਉਮਦਾ ਚ ਆਪਾਂ ਦੁਵਾਰਾ ਲੜਨ ਨੂੰ ਤਿਆਰ ਤੁਸੀਂ ਮੈਦਾਨ ਚ ਆਓ ਨਾ ਨਿਸ਼ਾਨ ਨੂੰ ਪਾਸੇ ਰੱਖੋ ਉਸ ਨਿਸ਼ਾਨ ਨਾਲ ਤਾਂ ਲੋਕ ਜੁੜੇ ਹੁੰਦੇ ਆ ਰਵਾਇਤੀ ਧਰਾਂ ਕੋਲੇ ਚੋਣ ਨਿਸ਼ਾਨ ਹੁੰਦਾ ਉਹ ਤਾਂ 2 ਮਹੀਨੇ ਤੋਂ ਪ੍ਰਚਾਰ ਕਰ ਰਹੇ ਸੀ ਸਾਡਾ ਚੋਣ ਨਿਸ਼ਾਨ ਸਾਡਾ ਚੋਣ ਨਿਸ਼ਾਨ ਹੁਣ ਤੁਸੀਂ ਇਹ ਦੇਖੋ ਇੱਕ ਗੱਲ ਸਦਾ ਦਰਸ਼ਨ ਸਿੰਘ ਬਰਾੜ ਦਾ ਧੰਨਵਾਦ ਕਰਨਾ ਬਣਦਾ ਸੀਗਾ ਕਾਂਗਰਸ ਦੇ ਪ੍ਰਧਾਨ ਨੂੰ ਕਿਉਂਕਿ ਜਿਹੜਾ ਤੁਸੀਂ ਜਾਣਦੇ ਹੋ ਵੇਟ ਲੱਕਾ ਇਹ ਸਿੱਧਾ ਵੇਟ ਲੱਕਾ ਜਿਹੜਾ ਜਗਰਾਉਂ ਦਾ ਜਿੰਨਾ ਵੇਟ ਲੱਕਾ ਉਹ ਪਹਿਲਾ ਜਗਰਾਉਂ ਦਾ ਹਿੱਸਾ ਸੀ ਅੱਜ ਕੱਲ ਦਾਖੇਚ ਪਿੰਡ ਬਹੁਤ ਨਹੀਂ ਉੱਥੋਂ ਦੇ ਪਿਤਾ ਜੀ ਤਾਂ ਇਲੈਕਸ਼ਨ ਚ ਗਏ ਨਹੀਂ ਮਾਤਾ ਜੀ ਜਾਂਦੇ ਸੀ ਮੇਰੇ ਨਾਲ ਮਾਤਾ ਜੀ ਨੇ ਜਦੋਂ ਪਿੰਡਾਂ ਚ ਜਾਣਾ ਤਾਂ ਉਹਨਾਂ ਨੇ ਅਗੋਏ ਕਹਿਣਾ ਪਿੰਡ ਵਾਲਿਆਂ ਨੇ ਕਿ ਤੁਹਾਨੂੰ ਆਉਣ ਦੀ ਲੋੜ ਨਹੀਂ ਬੀਬੀ ਜੀ ਤੁਸੀਂ ਕਿਉਂ ਗਰਮੀ ਚ ਤੁਰੇ ਫਿਰਦੇ ਹੋ ਸਾਨੂੰ ਪਤਾ ਹੈ ਸਾਨੂੰ ਬਰਾੜ ਦੁਆਰਾ ਮਿਲ ਗਿਆ ਕਿ ਸਾਡੇ ਕੋਲ ਬਰਾੜ ਦੁਆਰਾ ਆ ਗਿਆ ਤੇ ਸਾਨੂੰ ਪਤਾ ਚੋਣ ਨਿਸ਼ਾਨ ਪੰਜਾਂ ਸਾਨੂੰ ਕਿਉਂ ਉਹਨੇ ਸਾਡੇ ਕੋਲ ਮਤਲਬ ਕਿ ਇਹਨੂੰ ਧੰਨਵਾਦ ਕਰਨਾ ਚਾਹੀਦਾ ਬਾਪੂ ਦੇ ਨਾਂ ਤੇ ਵੋਟਾਂ ਇਹਨੂੰ ਪੈ ਗਈਆਂ ਉਥੋਂ ਸਿੱਧਾ ਮੇਰੇ ਇਲਾਕੇ ਦੀਆਂ ਉਹ ਮਾਤਾ ਜੀ ਜਿਨ੍ਹਾਂ ਕੋਲ ਜਾ ਕੇ ਪਹੁੰਚ ਕਰਦੇ ਸੀ ਉਹ ਦੱਸਦੇ ਵੀ ਨਹੀਂ ਚੌਂਡਸ਼ਣ ਮੈਂ ਇੱਕ ਆਪਣਾ ਚੌਂਡਸ਼ਣ ਪੰਜਾ ਨਹੀਂ ਹੈਗਾ ਇਸ ਵਾਰ ਤੇ ਉਹ ਪੰਜੇ ਦੇ ਵੋਟਾਂ ਪਈਆਂ ਉਹ ਕਿਉਂ ਪਈਆਂ ਕਿਉਂਕਿ ਸਰਦਾਰ ਅਰਸ਼ਲ ਸਿੰਘ ਬਰਾਰ ਦੇ ਕੀਤੇ ਹੋਏ ਕੰਮ ਸੀ ਲੋਕਾਂ ਦੇ ਤਾਂ ਤੈਨੂੰ ਧੰਨਵਾਦ ਕਰਨ ਦੀ ਬਜਾਏ ਤੂੰ ਉਹਨਾਂ ਨੂੰ ਪਾਟ ਜੋ ਕੱਢ ਰਿਹਾ ਤੇ ਜਿੱਥੇ ਤੇਰਾ ਜੋਰ ਨਹੀਂ ਚੱਲਦਾ ਮਤਲਬ ਇਹ ਇੱਕ ਨਫ਼ਰਤ ਹੈ ਮਤਲਬ ਜੇ ਪਹਿਲਾਂ ਤੁਸੀਂ ਉਹਨਾਂ ਨੂੰ ਬਾਪੂ ਬਾਪੂ ਕਹਿੰਦੇ ਹੋ ਸਾਰੇ ਦਿਨ ਬਾਪੂ ਬਾਪੂ ਕਰਦੇ ਹਸਪਤਾਲ ਤੁਸੀਂ ਉਹਨਾਂ ਦਾ ਪਤਾ ਵੀ ਲੈ ਕੇ ਆਏ ਯਾਰ ਕੇ ਤੁਹਾਨੂੰ ਪਤਾ ਵੀ ਉਹ ਬੰਦੇ ਬਿਮਾਰੀ ਤੋਂ ਸ਼ਿਕਾਰ ਨੇ ਡੇਢ ਮਹੀਨਾ ਤੋਂ ਸਾਨੂੰ ਦੀਪਕ ਇਸ ਗੱਲ ਨੂੰ ਹੋ ਗਿਆ ਕਿ ਅਸੀਂ ਹਸਪਤਾਲਾਂ ਦੇ ਵਿੱਚ ਚੱਕਰ ਕੱਢਦੇ ਰਹੇ 6 ਤੋਂ 8 ਮਹੀਨੇ ਪਿਤਾ ਜੀ ਹਸਪਤਾਲ ਦੇ ਵਿੱਚ ਐਡਮਿਟ ਰਹੇ ਗੱਲ ਤਾਂ ਇਹ ਸੀ ਕਿ ਇੱਕ ਤਰ੍ਹਾਂ ਪਾਸੇ ਤਾਂ ਤਰਸਯੋਗ ਹਾਲਤ ਸੀ ਉਸ ਇਨਸਾਨ ਦੀ ਜਿਸ ਇਨਸਾਨ ਨੇ ਕਾਂਗਰਸ ਨੂੰ ਖੜਾ ਕੀਤਾ ਜਿਸ ਇਲਾਕੇ ਚ ਕਾਂਗਰਸ ਜਿੱਤ ਹੀ ਨਹੀਂ ਸਕਦੀ ਆ ਹੁਣ ਤੀਜੇ ਨੰਬਰ ਤੇ ਚੌਥੇ ਤੇ ਆਈ ਕਾਂਗਰਸ ਤੇ ਜਿੱਥੇ ਪ੍ਰਧਾਨ ਦਾ ਆਪਦਾ ਇਲਾਕਾ ਹੈ ਗਿਦੜਵਾਹਾ ਉੱਥੇ ਕਾਂਗਰਸ ਤੀਜੇ ਨੰਬਰ ਤੇ ਆਈ ਹੈ ਉਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਮੁਖਤਰ ਸਾਹਿਬ ਜ਼ਿਲ੍ਹੇ ਦੇ ਮੁਖਤਰ ਸਾਹਿਬ ਜ਼ਿਲ੍ਹੇ ਦੇ ਸਾਰੇ ਹਲਕਿਆਂ 'ਚ ਕਾਂਗਰਸ ਹਾਰੀ ਆ ਜਿੱਥੇ ਪ੍ਰਧਾਨ ਦਾ ਘਰ ਆ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਉਹਦੀ ਜ਼ਿੰਮੇਵਾਰੀ ਵੀ ਲਓ ਖੁੱਲ੍ਹਦਲੀ ਦੇ ਨਾਲ ਕਹੋ ਕਿ ਹਾਂ ਜੀ ਇਹ ਸਾਡੀ ਕਰਤੂਤ ਮਾੜੀ ਸੀ ਸਾਡੀ ਸੋਚ ਮਾੜੀ ਸੀ ਅਸੀਂ ਤਾਂ ਹਾਰੇ ਆ ਕਹਿਣਾ ਚਾਹੀਦਾ ਇਹਨਾਂ ਨੂੰ ਪ੍ਰਧਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪੂਰੇ ਮਾਲਵੇ ਦੀ ਜ਼ਿੰਮੇਵਾਰੀ ਕਿਹਦੀ ਆ ਵੀ ਦਮਗੇ ਜੇ ਨਾ ਨਾ ਮਾਰੋ ਵੀ ਅਸੀਂ 7 ਸੀਟਾਂ ਜਿੱਤਣੀਆਂ ਇਹ ਦਮਗੇ ਜੇ ਨਾ ਮਾਰੋ 7 ਸੀਟਾਂ 'ਚ ਚਰਨਜੀਤ ਸਿੰਘ ਚੰਨੀ ਦਾ ਆਪ ਦਾ ਨਿੱਜੀ ਕਿਰਦਾਰ ਹੈ ਡਾਕਟਰ ਗਾਂਧੀ ਦਾ ਆਪ ਦਾ ਨਿੱਜੀ ਕਰਦਾਰ ਆ ਉਹ ਜਿੱਤੇ ਨੇ ਤੋ ਤੁਸੀਂ ਇਹਦੇ ਚ ਇਹ ਤਾਂ ਦੱਸੋ ਨਾ ਵੀ ਤੁਹਾਡਾ ਜੋ ਉਹਦਾਂ ਕਿੱਥੇ ਆ ਜਿਹੜੇ ਬੰਦੇ ਤੁਸੀਂ ਜਿਤਾਏ ਹੋ ਤਕਲੀਫ ਤਾਂ ਹੋਣੀ ਆ ਨਾ ਸਭ ਤੋਂ ਘੱਟ ਵੋਟਾਂ ਦੇ ਜਿੱਤੇ ਅਗਲਾ ਸੋਚਦਾ ਯਾਰ ਮੈਂ ਕਾਂਗਰਸ ਦਾ ਪ੍ਰਧਾਨ ਆ ਮੈਂ ਸਮਝੋ ਉੱਤੇ ਵੀ ਕਰ ਲੇ ਤੇ ਮੈਂ ਵਰਕਰ ਵੀ ਸਾਰੇ ਇਕੱਠੇ ਕਰ ਲੇ ਮੈਂ ਵੋਟਾਂ ਖਰੀਦੀਆਂ ਵੀ ਨਸ਼ਾ ਵੀ ਵੰਡਿਆ ਤਾਂ ਵੀ ਯਾਰ ਮੈਂ 20000 ਤੇ ਜਿੱਤੇ ਇਹ ਤਕਲੀਫ ਹੈ ਤੁਹਾਡੇ ਨਾਲ ਚਲੋ ਮੰਨਿਆ ਕਿ ਪਹਿਲਾਂ ਤੁਹਾਨੂੰ ਪਾਰਟੀ ਚੋਂ ਬਾਹਰ ਦਾ ਰਸਾ ਦਿਖਾਤਾ ਉਸ ਤੋਂ ਬਾਅਦ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜੇ ਬਰਾੜ ਸਾਹਿਬ ਨਾਲ ਕਿਸ ਤਰ੍ਹਾਂ ਕੀ ਸਮਝਦੇ ਹੋ ਬਰਾੜ ਸਾਹਿਬ ਨੂੰ ਕਿ ਮੇਰਾ ਖਿਆਲ ਜਦੋਂ ਅਸੀਂ ਵੀ ਕਰੇ ਗਏ ਸੀ ਜਦੋਂ ਬਰਾੜ ਸਾਹਿਬ ਨੂੰ ਇਹ ਇੱਕ ਲੈਟਰ ਆਈ ਸੀਗੀ ਵਾਇਰਲ ਹੋਈ ਸੀਗੀ ਕਿ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਪਾਰਟੀ ਚੋਂ ਬਾਹਰ ਕੱਢਿਆ ਉਹਨਾਂ ਦੀ ਹਾਲਾਤ ਵੀ ਸੇਤ ਵੀ ਜ਼ਿਆਦਤ ਨਹੀਂ ਦਿੰਦੀ ਸੀ ਅਸੀਂ ਵੀ ਕਰੇ ਗਏ ਸੀ ਹਾਲਾਂਕਿ ਪਰਿਵਾਰ ਨੇ ਉਹਨਾਂ ਨੂੰ ਦੱਸਿਆ ਵੀ ਨਹੀਂ ਸੀਗਾ ਵੀ ਇਸ ਤਰ੍ਹਾਂ ਦੀ ਕਾਰਵਾਈ ਹੋ ਗਈ ਹੈ ਕਿ ਸਦਮੇ ਚ ਨਾ ਆ ਜਾਣ ਕਿ ਤੁਹਾਡੀ ਗੱਲ ਹੋਈ ਹੋਣੀ ਹੈ ਪਰਿਵਾਰ ਦੇ ਵਿੱਚ ਬਰਾੜ ਸਾਹਿਬ ਨਾਲ ਕੀ ਕਹਿੰਦੇ ਸੀ ਨਹੀਂ ਕੋਈ ਚਲੋ ਹੁਣ ਜਿਹੜਾ ਕੁਝ ਹੋਣਾ ਸੀ ਤਾਂ ਹੋ ਗਿਆ ਇਹ ਤਾਂ ਹੁਣ ਇੱਕ ਨਫਰਤ ਆ ਇੱਥੋਂ ਤੁਹਾਡੀ ਸੋਚ ਦਾ ਝਲਕਾਰਾ ਪੈਂਦਾ ਹੈ ਕਿ ਕਿੱਥੇ ਤੁਸੀਂ ਉਹਨਾਂ ਲੋਕਾਂ ਦਾ ਮਾਨ ਸਨਮਾਨ ਕਰਨਾ ਹੈ ਜਿਹੜੇ ਲੋਕਾਂ ਨੇ ਕਾਂਗਰਸ ਨੂੰ ਆਪਣਾ ਉਹ ਸਮਾਂ ਦਿੱਤਾ ਜਿਸ ਵੇਲੇ ਪਤਾ ਨਹੀਂ ਹੁੰਦਾ ਸੀਗਾ ਕਿ ਬੰਦਾ ਸੇਰ ਤੋਂ ਜਾ ਕੇ ਸ਼ਾਮ ਨੂੰ ਘਰੇ ਵਾਪਸ ਆਊਗਾ ਕਿ ਨਹੀਂ ਆਊਗਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਚੋਣਾਂ ਲੜੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਚੱਕ ਲਿਆ ਸੀ ਉਸ ਵੇਲੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੇ ਘਰਾਂ ਨੂੰ ਅੱਗਾਂ ਤੱਕ ਲਾ ਦਿੱਤੀਆਂ ਗਈਆਂ ਸੀ ਉਹਨਾਂ ਉਹ ਦੌਰ 'ਚ ਕਾਂਗਰਸ ਵੱਲੋਂ ਖੜੇ ਲੋਕਾਂ ਨੂੰ ਇਸ ਤਰ੍ਹਾਂ ਜਲੀਲ ਕਰਕੇ ਪਾਰਟੀ 'ਚੋਂ ਕੱਢਣਾ ਤਾਂ ਇਹਦਾ ਤਾਂ ਖਮਿਆਜਾ ਪੁੱਗਣਾ ਹੀ ਪਊਗਾ ਨਾ ਇਹਦੀ ਸਜ਼ਾ ਤਾਂ ਜ਼ਰੂਰ ਮਿਲੂਗੀ ਤੁਹਾਨੂੰ ਉਹਨਾਂ ਵਾਲੇ ਸਮੇਂ 'ਚ ਆ ਦੇਖ ਲਓ ਹੁਣ ਕਰੋ ਭਾਰਤ ਪੁੱਛਣਾ ਅਸ਼ੂ ਤੇ ਕਾਰਵਾਈ ਜਿਹਨੇ ਸ਼ਰੇਆਮ ਤੁਹਾਡੇ ਖਿਲਾਫ ਸੱਚ ਉਗਲੇ ਕਰੋ ਰਾਣਾ ਗਰਜੀਤ ਸਿੰਘ ਤੇ ਕਾਰਵਾਈ ਕਰੋ ਸਦਾ ਲਾਲ ਸਿੰਘ ਤੇ ਕਾਰਵਾਈ ਕਰੋ ਸੁਮਸ਼ੇਸ਼ ਸਿੰਘ ਦੂਰੋਂ ਤੇ ਕਾਰਵਾਈ ਉਸ ਵੇਲੇ ਤੁਹਾਡੀਆਂ ਲੱਤਾਂ ਭਾਰ ਨਹੀਂ ਚਲਦੀਆਂ ਇੱਕ ਮਜਬੂਰ ਤੇ ਬੇਵੱਸ ਬੰਦੇ ਨੂੰ ਤੁਸੀਂ ਘਰੇ ਬੈਠੇ ਨੂੰ ਜਿਹੜਾ ਬਿਮਾਰ ਆ ਔਰ ਜਦਕੇ ਮੈਨੂੰ ਪੂਰੇ ਪੰਜਾਬ ਦੇ ਵੱਡੇ ਲੀਡਰਸ਼ਿਪ ਤੇ ਜਿੰਨੀ ਕਾਂਗਰਸ ਦੀ ਵੱਡੀ ਲੀਡਰਸ਼ਿਪ ਹਰ ਇੱਕ ਦਾ ਫੋਨ ਆਇਆ ਹਰ ਇੱਕ ਲੀਡਰਸ਼ਿਪ 80% ਮੈਨੂੰ ਲੀਡਰਸ਼ਿਪ ਦੇ ਫੋਨ ਆਏ ਆ ਔਰ ਉਹਨਾਂ ਨੇ ਬੁਰੇ ਭਲੇ ਸ਼ਬਦ ਬੋਲੇ ਕਾਂਗਰਸ ਦੇ ਪ੍ਰਧਾਨ ਵਿੱਤੀ ਤੇਰੇ ਨਾਲ ਰੌਲਾ ਸੀ ਪ੍ਰਧਾਨ ਤੇਰੇ ਵਿੱਚ ਸਿੱਧਾ ਵੱਜੇ ਆ ਕੇ ਕਿਹੜੀ ਲੀਡਰਸ਼ਿਪ ਸੀ ਕੁਝ ਦੱਸ ਸਕਦੇ ਹੋ ਕੀ ਗਿਆ ਨਹੀਂ ਇਸ ਤਰ੍ਹਾਂ ਦੀ ਇਹ ਤਾਂ ਚਲੋ ਇਹ ਚੀਜ਼ਾਂ ਕੋ ਜ਼ਰੂਰੀ ਹੁੰਦੀਆਂ ਸੀਨੀਅਰ ਲੀਡਰਸ਼ਿਪ ਤੁਸੀਂ ਇਹ ਦੇਖੋ ਨਾ ਕਿ 1985 8085 ਦੇ ਦੌਰ ਵਾਲੇ ਜਿਨ੍ਹਾਂ ਨੇ ਚੋਣਾਂ ਲੜੀਆਂ ਨੇ ਬੜੇ ਨੇ ਕੋਈ ਘਰੇ ਵੀ ਬੈਠੇ ਨੇ ਕੋਈ ਐਕਟਿਵ ਵੀ ਨੇ ਸਾਰਿਆਂ ਦੇ ਫੋਨ ਆਏ ਤਕਰੀਬਨ ਕਿ ਬੇਟਾ ਕੋਈ ਗੱਲ ਨਹੀਂ ਮਤਲਬ ਵੀ ਕੋਈ ਅਸੀਂ ਗੱਲ ਨਹੀਂ ਕਿ ਫਿਕਰ ਕਰਨ ਵਾਲੀ ਗੱਲ ਨਹੀਂ ਕੋਈ ਨਹੀਂ ਅਸੀਂ ਦਰਸ਼ਨ ਦੇ ਨਾਲ ਹਾਂ ਅਸੀਂ ਤੇਰੇ ਪਿਤਾ ਜੀ ਦੇ ਨਾਲ ਇਹ ਬਹੁਤ ਮੰਦਭਾਗੀ ਤੇ ਮਾੜੀ ਗੱਲ ਆ ਮਾੜੀ ਸੋਚ ਦਾ ਮਜਾਰਾ ਕੀਤਾ ਹਰੇਕ ਬੰਦੇ ਨੇ ਕਾਂਗਰਸ ਦੇ ਪ੍ਰਧਾਨ ਨੂੰ ਲਾਹਨਤਾਂ ਪਾਈਆਂ ਕਾਂਗਰਸ ਦਾ ਕਲਚਰ ਏ ਥੋੜੀ ਆ ਕਾਂਗਰਸ ਦਾ ਇੱਕ ਇੱਕ ਸਿਸਟਮ ਵੀ ਆ ਨਾ ਅੰਦਰੂਨੀ ਪਹਿਲਾਂ ਸ਼ੋਕ ਵਾਸ ਨੋਟਿਸ ਦਿੱਤਾ ਜਾਂਦਾ ਉਹਨੂੰ ਬੰਦੇ ਨੂੰ ਕਾਰਨ ਪੁੱਛਿਆ ਜਾਂਦਾ ਤਾਂ ਤੇ ਮੈਨੂੰ ਕਾਰਨ ਪੁੱਛਿਆ ਜਦੋਂ ਮੈਨੂੰ ਕੱਢਿਆ ਸੀ ਚਲ ਮੈਨੂੰ ਤਾਂ ਕੋਈ ਪਰਵਾਹ ਨਹੀਂ ਆਪਾਂ ਤਾਂ ਇਸ ਗੱਲ ਦਾ ਕੋਈ ਫਿਕਰ ਨਹੀਂ ਕਰਦਾ ਆਪਾਂ ਤਾਂ ਇਹ ਕਹਿੰਦੇ ਚੰਗਾ ਹੀ ਹੋਇਆ ਜੇ ਕੱਢਦਾ ਤਾਂ ਤਾਂ ਜੇ ਹੁਣ ਬਾਪੂ ਜੀ ਨੂੰ ਕੱਢਿਆ ਗਿਆ ਤਾਂ ਪਹਿਲਾਂ ਇਹਨਾਂ ਨੂੰ ਨੋਟਿਸ ਆਉਣਾ ਹੁੰਦਾ ਅਸੀਂ ਯੂਥ ਕਾਂਗਰਸ ਵਿੱਚ ਕੰਮ ਕੀਤਾ ਸਾਨੂੰ ਉਦੋਂ ਕਿਸੇ ਕਹਨ ਸਾਨੂੰ ਸਸਪੈਂਡ ਕਰਤਾ ਸੀ ਤਾਂ ਪਹਿਲਾਂ ਸਾਨੂੰ ਨੋਟਿਸ ਆਇਆ ਸੀ ਨੋਟਿਸ ਆਉਣ ਤੋਂ ਬਾਅਦ ਅਸੀਂ ਜਵਾਬ ਦੇਣਾ ਸੀ ਅਸੀਂ ਜਵਾਬ ਨਹੀਂ ਦਿੱਤੇ ਸੀ ਉਹਨਾਂ ਨੂੰ ਇਹ ਕਹੇ ਜਵਾਬ ਹੀ ਨਹੀਂ ਦਿੱਤਾ ਇਹਨਾਂ ਨੇ ਉਹਨਾਂ ਨੇ ਸਸਪੈਂਡ ਕਰਤਾ ਚਲੋ 3-4 ਮਹੀਨੇ ਬਾਅਦ ਬਹਾਲੀ ਹੋ ਗਈ ਸੀ ਪਰ ਇਹਦੇ ਚ ਇੱਕ ਨੋਟਿਸ ਦੇਣਾ ਹੁੰਦਾ ਵੀ ਆਹ ਨੋਟਿਸ ਆ ਤੁਹਾਡੇ ਤੇ ਆ ਇਲਜ਼ਾਮ ਆ ਜਾਂ ਕਾਰਨ ਦੱਸੋ ਇਹਦੇ ਬਾਰੇ ਉਹਦਾ ਜਵਾਬ ਦੇਣਾ ਹੁੰਦਾ ਕਿ ਸੀਮਾ ਤੈਹ ਹੁੰਦੀ ਆ ਉਹਦੇ ਬਾਰੇ ਜਵਾਬ ਦੇਣਾ ਹੁੰਦਾ ਸੀ ਕਿ ਇੰਨੇ ਦਿਨਾਂ ਦੇ ਵਿੱਚ ਅਸੀਂ ਜਵਾਬ ਕੋਈ ਨੋਟਿਸ ਤਾਂ ਆਇਆ ਨਹੀਂ ਇਹ ਤਾਂ ਫਿਰ ਕਾਰਵਾਈ ਕਾਦੀ ਹੋਈ ਕੀ ਐਸਾ ਤਾਂ ਨਹੀਂ ਕਿਤੇ ਕਮਲਜੀਤ ਬਰਾੜ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕਰ ਰਿਹਾ ਹੈ ਜਾਂ ਕਿਹ ਲੋ ਵੀ ਉਹਨਾਂ ਦੇ ਮੰਝੇ ਹੈ ਬਰਾੜ ਸਾਹਿਬ ਬਰਾੜ ਪਰਿਵਾਰ ਹੈ ਜਿਹੜਾ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕਰ ਰਿਹਾ ਹੈ ਕਿ ਇਸ ਕਰਕੇ ਉਹਨਾਂ ਦੀ ਪਾਰਟੀ ਨੂੰ ਨੁਕਸਾਨ ਹੋ ਰਿਹਾ ਤੇ ਤਾਂ ਕੱਢਿਆ ਗਿਆ ਨਹੀਂ ਜੇ ਹੁਣ ਸਾਡੇ ਪੱਲੇ ਕੁਝ ਹੈਗਾ ਜੇ ਅਸੀਂ ਨੁਕਸਾਨ ਕਰਦੇ ਆ ਫਿਰ ਤਾਂ ਮਾਨ ਸਨਮਾਨ ਬਣਦਾ ਸਾਡਾ ਫੇਰ ਕੱਢਣਾ ਥੋੜੀ ਬਣਦਾ ਪਰ ਪਿਤਾ ਜੀ ਨੂੰ ਫੇਰ ਤਾਂ ਪਿਤਾ ਜੀ ਦੇ ਪੈਰ ਫੜਵਾ ਕੇ ਕਿ ਤੁਸੀਂ ਮਤਲਬ ਕਾਰਨ ਕਾਰਨ ਕੀ ਸਮਝਦੇ ਹੋ ਮੈਂ ਕਾਰਨ ਕੀ ਹੈ ਕਿ ਅਸੀਂ ਕੀ ਪਾਰਟੀ ਵਿਰੋਧੀ ਗਤੀਵਿਧੀਆਂ ਹੋਈ ਜਿਹੜੇ ਕਾਰਨ ਆਹੀ ਤਾਂ ਰੋਣਾ ਹੈ ਆਪਾਂ ਤੇ ਹੀ ਆਪਾਂ ਤਾਂ ਆ ਪੁੱਛਦੇ ਹੀ ਹੈਗਾ ਨਾ ਕਿ ਇੱਕ ਬੰਦਾ ਬਿਮਾਰ ਆ ਬੇਵਸਾ ਮੈਂ ਤਾਂ ਚੋਣ ਲੜ ਰਿਹਾ ਉਧਰ ਆਪਦੀ ਲੁਧਿਆਣੇ ਮੈਂ ਤਾਂ ਸਿਰਫ ਮੈਂ ਫੋਨ ਜਰੂਰ ਕਰਦਾ ਸੀ ਹਰੇਕ ਸਰਪੰਚ ਨੂੰ ਹਰੇਕ ਵਰਕਰ ਨੂੰ ਵੀ ਆਪਾਂ ਡਟ ਕੇ ਸਾਥ ਦੇਣਾ ਖਾਲਸਾ ਡਟ ਕੇ ਸਾਥ ਦੇਣਾ ਮੈਂ ਤਾਂ ਪਹਿਲੇ ਕਾਂਗਰਸ ਦਾ ਹਿੱਸਾ ਨਹੀਂ ਪਿਤਾ ਜੀ ਕਾਂਗਰਸ ਦਾ ਹਿੱਸਾ ਸੀ ਪਿਤਾ ਜੀ ਨਾਲ ਗੱਲ ਕਰਦੇ ਆ ਕੇ ਬੈਠ ਕੇ ਉਹਨਾਂ ਨੂੰ ਪੁੱਛਦੇ ਵੀ ਹਾਂ ਉਹਨਾਂ ਨੂੰ ਲੈਟਰ ਭੇਜਦੇ ਮੈਂ ਤਾਂ ਆਪਸ ਤੇ ਆਪ ਕਰਨ ਪੁੱਛ ਰਹੇ ਆ ਇੱਕ ਸਿਸਟਮ ਹਨ ਇੱਕ ਸਿਸਟਮ ਹੈ ਆ ਵੀ ਇੱਕ ਚਿੱਠੀ ਆਉਂਦੀ ਪਹਿਲਾਂ ਕਿ ਤੁਸੀਂ ਜੀ ਤੁਹਾਡੇ ਖਿਲਾਫ ਆ شکایت ਆ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਫਿਰ ਉਹ ਬੰਦਾ ਨਮਾਇਦਾ ਆਪਦੀ ਗੱਲ ਦੱਸਦਾ ਹੈ ਕਿ ਜਿਹੜਾ ਇਲਜ਼ਾਮ ਆ ਝੂਠਾ ਹੈ ਜਾਂ ਸੱਚਾ ਹੈ ਜਾਂ ਮੈਂ ਬਿਮਾਰ ਸੀ ਜਾਂ ਮੈਂ ਇੱਥੇ ਗਿਆ ਜਾਂ ਨਹੀਂ ਗਿਆ ਇਲੈਕਸ਼ਨ ਤੋਂ ਪਹਿਲਾਂ ਤਾਂ ਆ ਕਿ ਤੁਸੀਂ ਗੋਡੇ ਘੁੱਟ ਦਿਓ ਇਲੈਕਸ਼ਨ ਤੋਂ ਬਾਅਦ ਤੁਸੀਂ ਬਾਹਰ ਕੱਢ ਦਿੰਦੇ ਹੋ ਮਤਲਬ ਨਫ਼ਰਤ ਨੂੰ ਇਸ ਗੱਲ ਨੂੰ ਨਫ਼ਰਤ ਹੀ ਕਹਿ ਸਕਦੇ ਆ ਨਾ ਕੋਈ ਪ੍ਰੂਫ ਨਹੀਂ ਕੋਈ ਸਬੂਤ ਨਹੀਂ ਵੀ ਕਿਤੇ ਗਏ ਆ ਕਿਸੇ ਪਿੰਡੋਂ ਗਏ ਨਹੀਂ ਕਿਸੇ ਨੂੰ ਟੈਲੀਫੋਨ ਨਹੀਂ ਕੀਤਾ ਇੱਕ ਪਾਸੇ ਸ਼ਰਿਆਮ ਆਡੀਓ ਵਾਇਰਲ ਹੋ ਰਹੀ ਹੈ ਯਾਰ ਤੁਸੀਂ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਤੇ ਵੀ ਕਾਰਵਾਈ ਕਰਿਓ ਮੈਨੂੰ ਇਸ ਗੱਲ ਦਾ ਕੋਈ ਮੇਰੇ ਮਨ 'ਚ ਵੱਧ ਘਟ ਨਹੀਂ ਕਿ ਕਰਨੀ ਚਾਹੀਦੀ ਪਰ ਮੈਂ ਤਾਂ ਇਹ ਪੁੱਛਦਾ ਵੀ ਮਾਪਦੰਡ ਦੋਹਰਾ ਕਿਉਂ ਆ ਮਤਲਬ ਕਿਸੇ ਹੋਰ ਲਈ ਹੋਰ ਰੂਲ ਆ ਤੁਹਾਡੇ ਆਪਣੇ ਤੇ ਰੂਲ ਨਹੀਂ ਉਹ ਪੂਰਾ ਮਾਲਵਾ ਸਾਫ ਹੋ ਗਿਆ ਹੈ ਕਮਾਂਡ ਨਾਲ ਗੱਲ ਵੀ ਆਪਣੇ ਤਾਂ ਕੀਤੇ ਨਾ ਗੱਲ ਹੋਣੀ ਆ ਆਪਣੀ ਕਿਹੜੀ ਹਾਈ ਕਮਾਂਡ ਆਪਣਾ ਤਾਂ ਬਾਬਾ ਨਾਨਕ ਹਾਈ ਕਮਾਂਡ ਆ ਆਪਾਂ ਤਾਂ ਪਾਰਟੀ 'ਚ ਤੁਹਾਨੂੰ ਪਤਾ ਹੀ ਹੈ 1.5 ਸਾਲ ਹੋ ਗਏ 2 ਸਾਲ ਪਾਸੇ ਆ ਤੇ ਨਾ ਕੋਈ ਮੋੜਨਾ ਆ ਆਪਾਂ ਪਿੱਛੇ ਬਰਾੜ ਸਾਹਿਬ ਦੀ ਕਿਸੇ ਨਾਲ ਗੱਲ ਹੋਈ ਹੋਵੇ ਹਾਈ ਕਮਾਂਡ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਕਿਉਂਕਿ ਐਵੇਂ ਮੈਂ ਕਹਿੰਦਾ ਵੀ ਮੈਂ ਜਦੋਂ ਇਸ ਚੀਜ਼ 'ਚ ਦਖਲ ਹੀ ਨਹੀਂ ਮੇਰਾ ਮੇਰਾ ਕੋਈ ਪਾਰਟੀ ਦਾ ਸਰੋਕਾਰ ਹੀ ਨਹੀਂ ਮੈਂ ਐਵੇਂ ਪੁੱਛਦਾ ਫਿਰਾਂ ਔਰ ਮੈਂ ਵੀ ਚਾਹੂਗਾ ਕਿ ਕੀ ਲੋੜ ਆ ਕਿਸੇ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗਾ ਹੁਣ ਜੀਵਨ ਸਾਰਾ ਲੇਖੇ ਲਾਤਾ ਸੇਵਾ ਕਰ ਲਈ ਬਹੁਤ ਆਪਣੇ ਆਪ ਨੂੰ ਵੀ ਸਮਾ ਦਿੱਤਾ ਜਾਵੇ ਆਪਣੇ ਆਪ ਤੇ ਸਵੇਰ ਪਰਚੋਲ ਕੀਤੀ ਜਾਵੇ ਕਿਤਾਬਾਂ ਪੜੀਆਂ ਜਾਣ ਬਾਣੀ ਪੜੀ ਜਾਵੇ ਵੱਧ ਤੋਂ ਵੱਧ ਉਹ ਤਾਂ ਪਹਿਲੇ ਪਾਠ ਕਰਨ ਵਾਲੇ ਇਨਸਾਨ ਹਨ ਨਤਨੇਮੀ ਨੇ ਤੇ ਹੋਰ ਮੈਂ ਤਾਂ ਉਹਨਾਂ ਨੂੰ ਹੁਣ ਵੀ ਕਹਿਣਾ ਹੁਣ ਕਿ ਤੁਹਾਨੂੰ ਸਮਾਂ ਮਿਲ ਗਿਆ ਹੁਣ ਬਾਣੀ ਪੱਧ ਪੜਨ ਦਾ ਤੁਸੀਂ ਹੁਣ ਜਿੱਤੇ ਰਾਜਨੀਤੀ ਪਰਿਵਾਰ ਬਰਾੜ ਸਾਹਿਬ ਹੁਣ ਅਗਲਾ ਕੀ ਸਟੈਪ ਹੋਵੇਗਾ ਅੱਗੇ ਕੀ ਕਿਸੇ ਪਾਰਟੀ ਦੇ ਨਾਲ ਜੁਆਇਨ ਕਰੋਗੇ ਜਾਂ ਕੋਈ ਹੋਰ ਸਟੈਪ ਹੋਵੇਗਾ ਜਿਵੇਂ ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਕਿ ਉਹਨੂੰ ਸਪੋਰਟ ਕੀਤੀ ਹੈ ਉਦੋਂ ਅਮਰਿਤਪਾਲ ਦੀ ਗੱਲ ਕੀਤੀ ਅਮਰਿਤਪਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵੀ ਐਨਐਸਏ ਵਧਾ ਦਿੱਤੀ ਗਈ ਹੈ ਸਾਲ ਹੋਰ ਸਾਰੇ ਜਿਹੜੇ ਦਿਬੜਗੜ ਜੇਲ੍ਹ ਦੇ ਵਿੱਚ ਉਹਨਾਂ ਬਾਰੇ ਕੀ ਕਹੋਗੇ ਹੋਰ ਤੁਸੀਂ ਇਹ ਦੇਖੋ ਵੀ ਸਰਕਾਰ ਦੇ ਮੂੰਹ ਤੇ ਲੋਕਾਂ ਨੇ ਭਿਓਂ ਭਿਓਂ ਕੇ ਜੁੱਤੀਆਂ ਮਾਰੀਆਂ ਖਡੂਰ ਸਾਹਿਬ ਦੇ ਲੋਕਾਂ ਨੇ ਕਿ ਤੁਸੀਂ ਐਨਐਸਐ ਲਾਉਨੇ ਹੋ ਤੇ ਅਸੀਂ ਇਸ ਬੰਦੇ ਨੂੰ ਇਸ ਤਰ੍ਹਾਂ ਸਭ ਤੋਂ ਵੱਧ ਵੋਟਾਂ ਨਾਲ ਪੰਜਾਬ ਤੋਂ ਜਿੱਤੋਨੇ ਗਿਣਤੀ ਦੇ ਚਾਰ ਤੋਂ ਪੰਜ ਬੰਦੇ ਆ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਾਡਾ ਭਰਾ ਜਿੱਤ ਗਿਆ ਹੈ ਇੰਨੀ ਮਾਰਚੰਦੇ ਨਾਲ ਤੇ ਤੁਸੀਂ ਤੁਸੀਂ ਇਹ ਦੇਖੋ ਵੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੱਧ ਵੋਟਾਂ ਨਾਲ ਜਿੱਤੇ ਸਾਡਾ ਬੰਦਾ ਤੇ ਹੁਣ ਇਹ ਸਰਕਾਰ ਦੇ ਮੂੰਹ ਤੇ ਚਪੇੜਾਂ ਹੀ ਮਾਰੀਆਂ ਲੋਕਾਂ ਨੇ ਕਿ ਤੁਸੀਂ ਐਨਐਸਐ ਲਾਈਆ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਨੈਸ਼ਨਲ ਸਕਿਉਰਿਟੀ ਐਕਟ ਨੂੰ ਖਤਰਾ ਹੋਇਆ ਆ ਹੁਣ ਗੁਜਰਾਤ ਚੋਂ ਇੰਟਰਵਿਊ ਆਈ ਆ ਲਾਰੈਂਸ ਬਿਸ਼ਨੋਈ ਦੀ ਉਹ ਵੀਡੀਓ ਕਾਲ ਆਪਾਂ ਨੂੰ ਪਤਾ ਪਾਕਿਸਤਾਨ ਚ ਕਰ ਰਿਆ ਹੈ ਕੋਈ ਐਨਐਸਐ ਲੱਗਣ ਦੀ ਉਹਦੇ ਝਾਕ ਕੋਈ ਲਾਉ ਕਿਉਂਕਿ ਐਨਐਸਐ ਸਿਰਫ ਤੇ ਸਿਰਫ ਇੱਕ ਫਿਰਕੇ ਦੇ ਲੋਕਾਂ ਲਈ ਬਣਿਆ ਹੋਇਆ ਇੱਕ ਧਰਮ ਦੇ ਲੋਕਾਂ ਲਈ ਬਣਿਆ ਹੋਇਆ ਫਿਰ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਨੂੰ ਅਸੀਂ ਜੇ ਸਾਡੇ ਨੌਜਵਾਨ ਕਹਿੰਦੇ ਕਿ ਸਾਡੇ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਜੇ ਸਾਡੇ ਪੰਜਾਬ ਦੇ ਕੋਈ ਚੰਦ ਨੌਜਵਾਨ ਉੱਠ ਕੇ ਕਹਿੰਦੇ ਨੇ ਇਹ ਗੱਲ ਜਿਹੜੇ ਬੋਲਦੇ ਆ ਉਹਨਾਂ ਦੇ ਬੋਲਣ ਦੇ ਉੱਤੇ ਵੀ ਇਹਨਾਂ ਨੂੰ ਤਕਲੀਫ ਆ ਵੀ ਇਹ ਬੋਲ ਵੀ ਕਿਉਂ ਰਹੇ ਹੁਣ ਅਸੀਂ ਕੀ ਸਮਝੀਏ ਇਸ ਗੱਲ ਨੂੰ ਇਹ ਇਹ ਐਨਐਸਏ ਸਾਡੇ ਤੇ ਕਿਉਂ ਲੱਗਦਾ ਸਰਦਾਰਾਂ ਤੇ ਕਿਉਂ ਲੱਗਦਾ ਸਿੱਖਾਂ ਤੇ ਕਿਉਂ ਲੱਗਦਾ ਸਾਡੇ ਵਾਸਤੇ ਬਣੇ ਹੋਏ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਇਸ ਤੋਂ ਵੀ ਖਤਰਨਾਕ ਹੈ ਤੀਜੀ ਆਉਣਗੇ ਫਿਰ ਜਿਹੜਾ ਬੋਲੂਗਾ ਸੋ ਇੱਕ ਗੱਲ ਤਾਂ ਸਾਨੂੰ ਸਮਝਣੀ ਪੈਣੀ ਹੈ ਨਾ ਵੀ ਜੇ ਅਸੀਂ ਇਹਦੇ ਖਿਲਾਫ ਇਕੱਠੇ ਹੋ ਕੇ ਨਹੀਂ ਲੜਾਂਗੇ ਕੱਲ ਨੂੰ ਸਾਡੇ ਤੇ ਵੀ ਕਾਰਵਾਈ ਹੋ ਸਕਦੀ ਆ ਸਾਡੇ 3 ਪੁੱਤਾਂ ਨੂੰ ਵੀ ਅੰਦਰ ਸਿੱਟਿਆ ਜਾ ਸਕਦਾ ਹੁਣ ਉਹਨਾਂ ਨੇ ਤਾਂ ਦਿਖਾਤਾ ਤੁਸੀਂ ਕਹਿੰਦੇ ਹੋ ਐਨਐਸ ਲੱਗਣੀ ਚਾਹੀਦੀ ਅਸੀਂ ਕਹਿੰਦੇ ਸਤਿਕਾਰ ਦੇਣਾ ਚਾਹੀਦਾ ਅਸੀਂ ਕਹਿੰਦੇ 2 ਲੱਖ ਵੋਟਾਂ ਨਾਲ ਜਿੱਤਿਆ ਬੰਦਾ ਸਾਡਾ ਉਹਦਾ ਮਾਣ ਸਨਮਾਨ ਚਾਹੀਦਾ ਇਹਦਾ ਮਤਲਬ ਲੋਕਾਂ ਨੇ ਦੱਸਿਆ ਕਿ ਉਹ ਚੰਗੇ ਕੰਮ ਕਰਦਾ ਹੈ ਚੰਗੇ ਕਰੈਕਟਰ ਵਾਲਾ ਚੰਗੇ ਕਰਦਾਰ ਵਾਲਾ ਨੌਜਵਾਨ ਹੈ ਤੇ ਤੁਸੀਂ ਫੇਰ ਉੱਤੇ ਐਨਐਸ ਦੁਆਰਾ ਸਾਲ ਲਈ ਲਾ ਰਹੇ ਹੋ ਕੀ ਖਤਰਾ ਭਈ ਸਾਰੇ ਨਾਲ ਮਿਲ ਕੇ ਲਾ ਰਹੇ ਹੋ ਸਾਰੀਆਂ ਧਿਰਾਂ ਲਗੀਆਂ ਹੋਈਆਂ ਕੋਈ ਬੋਲਦਾ ਨਹੀਂ ਤੂੰ ਲੋਕਾਂ ਨੇ ਆਪਦਾ ਫਰਜ਼ ਨਿਭਾਤਾ ਇਹ ਤਾਂ ਛੱਟੋ ਹਰਿਆਣੇ ਦੇ ਵਿੱਚ ਸਾਡਾ ਭਰਾ ਹੈ ਨਵਦੀਪ ਵਾਟਰ ਕੈਨਨ ਵਾਲਾ ਭਰਾ ਸਾਡਾ ਉਹਦੇ ਨਾਲ ਕੀ ਹੋ ਰਿਹਾ ਉਹਦੇ ਤੇ 14 ਪਰਚੇ ਕਰਤੇ ਹਰਿਆਣੇ ਦੀ ਸਰਕਾਰ ਨੇ ਉਹਨੂੰ ਉਹਨੂੰ ਟਾਰਚਰ ਕੀਤਾ ਜਾ ਰਿਹਾ ਬਰਫ਼ ਤੇ ਪਾਇਆ ਜਾ ਰਿਹਾ ਉਹਦਾ ਸਰੀਰ ਖਿਲਾਰਦਾ ਕੀ ਦੋਸ਼ ਹੈ ਉਹਦਾ ਕਿ ਕਿਸਾਨਾਂ ਦੀ ਗੱਲ ਕਰਦਾ ਸਰਕਾਰ ਦੇ ਖਿਲਾਫ ਲੋਕਾਂ ਦੀ ਲੜਾਈ ਲੜਦਾ ਯਾਰ ਲੋਕਾਂ ਦੀ ਲੜਾਈ ਲੜਨ ਵਾਲਿਆਂ ਨਾਲ ਅਸਲ ਕਰੋਗੇ ਤੁਸੀਂ ਇਹ ਮੰਦ ਭਾਗੀ ਗੱਲ ਆ ਔਰ ਇਹ ਇਹੋ ਜਿਹੇ ਰਾਜਨੀਤਿਕ ਲੋਕਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਚਾਹੇ ਉਹ ਭਗਵੰਤ ਮਾਨ ਹੋਵੇ ਚਾਹੇ ਹਰਿਆਣੇ ਦਾ ਮੁੱਖ ਮੰਤਰੀ ਹੋਵੇ ਕੋਈ ਹੋਵੇ ਸਰਕਾਰ ਜਿਹੜੀ ਆਪਣੇ ਪੰਜਾਬ ਦੇ ਜਾਂ ਆਪਣੇ ਨੌਜਵਾਨਾਂ ਨੂੰ ਲੋਕਾਂ ਨੂੰ ਜਗਾਉਣ ਵਾਲਾ ਨੂੰ ਲੋਕਾਂ ਦਾ ਸਾਥ ਦੇਣ ਵਾਲਾ ਲੋਕਾਂ ਦਾ ਖੜਨ ਵਾਲਿਆਂ ਨੂੰ ਇਸ ਤਰ੍ਹਾਂ ਦਾ ਟੌਰਚਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਐਨਐਸਏ ਲਾਇਆ ਜਾਂਦੀਆਂ ਯਾਰ ਇਹਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਕਰੋ ਇਹਨਾਂ ਦੇ ਸਾਰੇ ਮੰਤਰੀਆਂ ਨੂੰ ਘੇਰੋ ਇਹਨਾਂ ਦੇ ਐਮਐਲਏ ਨੂੰ ਪਿੰਡ-ਪਿੰਡ ਘੇਰੋ ਉਹਨਾਂ ਦੇ 12 ਵਿੱਚ ਬਠੋ ਪੱਕੇ ਤੌਰ ਤੇ ਹੁਣ ਕੋਈ ਜਥੇਬੰਦੀ ਨਹੀਂ ਬੋਲਦੀ ਕੋਈ ਕਿਸਾਨ ਜਥੇਬੰਦੀ ਨਹੀਂ ਬੋਲ ਰਹੀ ਉਹਦੀ ਖਾਤਰ ਕੋਈ ਪੰਜਾਬ ਦੀ ਸਿੱਖ ਜਥੇਬੰਦੀ ਨਹੀਂ ਬੋਲ ਰਹੀ ਕਿਉਂਕਿ ਪਤਾ ਨਹੀਂ ਇਹਨਾਂ ਨੂੰ ਚਾਹੇ ਚੜ ਗਿਆ ਕਿ ਐਨਐਸਏ ਹੋਰ ਲਾ ਗਈ ਉਹ ਅੰਦਰ ਚਲੇ ਗਏ ਕਿਉਂਕਿ ਪੁੱਛਣੋਂ ਹੀ ਹਟ ਗਏ ਸੀ ਨਾ ਲੋਕ ਕਿ ਇਹਨਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਸਿੱਖ ਧਰਮ ਨੇ ਉਹਨੂੰ ਪੁੱਛਣੋਂ ਹਟ ਗਏ ਸੀ ਕਿ ਜਦੋਂ ਤਾਂ ਖਾਲਸਾ ਵੀਰਾਂ ਨੂੰ ਸ਼ੁਰੂ ਹੋ ਗਿਆ ਸੀ ਉਹਨਾਂ ਪਰਿਵਾਰ ਦਾ ਸਾਥ ਕਿਹਨੇ ਦੇਣਾ ਹੈ ਅਸੀਂ ਇਕੱਠੇ ਹੋ ਕੇ ਦੇਣਾ ਸਾਰਿਆਂ ਨੇ ਕੋਈ ਬੋਲਦਾ ਨਹੀਂ ਕੋਈ ਗੱਲ ਹੀ ਨਹੀਂ ਕਰ ਰਿਹਾ ਸਿਰਫ ਆਪੋ ਆਪਣਾ ਮਾਸ ਬਚਾਉਣ ਦੀ ਲੜਾਈ ਲੜ ਰਹੇ ਸਾਰੇ ਕਿ ਮੈਂ ਆਪਣਾ ਆਪ ਬਚਾ ਲਾਂ ਮੇਰੇ ਮੈਂ ਕਿਤੇ ਸਰਕਾਰ ਦੇ ਨਜ਼ਰਾਂ ਚ ਨਾ ਚੜ ਜਾਾਂ ਯਾਰ ਜੋ ਤੁਹਾਡੇ ਭਾਗਾਂ 'ਚ ਲਿਖਿਆ ਉਹ ਤਾਂ ਭੁਗਤਣਾ ਹੀ ਪੈ ਉਹ ਖਲੀਲ ਜਬਰਾਨ ਦੀਆਂ ਉਹ ਲਾਈਨਾਂ ਐ ਕਿ ਤਰਸ ਜੋਗ ਹੁੰਦੀ ਆ ਹਾਲਤ ਉਸ ਕੌਮ ਦੀ ਜਿਹੜੀ ਜਨਾਜ਼ੇ ਨਾਲ ਤੁਰਦੀ ਹੋਈ ਦਾ ਆਵਾਜ਼ ਬੁਲੰਦ ਕਰਦੀ ਅੱਗੋਂ ਪਿੱਛੋਂ ਦੀ ਇਹ ਯਾਰ ਜਨਾਜ਼ੇ ਉਡੀਕਦੇ ਆਂ ਸੀ ਕਿ ਜਨਾਜ਼ਿਆਂ ਦੇ ਨਾਲ ਅਸੀਂ ਜਕਾਰੇ ਨਾਰੇ ਲਾਵਾਂਗੇ ਜਿਉਂਦਿਆਂ ਦੀ ਬਾਤ ਪੁੱਛੋ ਜਿਉਂਦਿਆਂ ਦਾ ਸਾਥ ਦਿਓ ਸਰਬਜੀਤ ਖਾਲਸਾ ਨਾਲ ਵੀ ਸਾਡੀ ਗੱਲ ਹੋਈ ਸੀ ਕਹਿੰਦੇ ਸੀਗੇ ਵੀ ਜਿਮਨੀ ਚੋਣਾ ਦੀ ਵੀ ਤਿਆਰੀ ਕਰਾਂਗੇ ਜਾਂ ਜਿਹੜੇ ਸਾਡੇ ਸੋਚਦੇ ਬੰਦੇ ਐ ਉਹਨਾਂ ਨੂੰ ਜਿਮਨੀ ਚੋਣਾਂ ਦੇ ਵਿੱਚ ਉਤਾਰਾਂਗੇ ਜਲੰਧਰ ਦੇ ਵਿੱਚ ਕੋਈ ਕੈਂਡੀਡੇਟ ਨਹੀਂ ਆਇਆ ਬਾਕੀ ਜਿਹੜੀਆਂ ਜਿਮਨਨ ਚੁਣਾਂ ਉਹਨਾਂ ਦੇ ਵਿੱਚ ਕੋਈ ਤਿਆਰੀ ਕਰੂਗੀ ਬਿਲਕੁਲ ਚਾਰ ਸੀਟਾਂ ਨੇ ਸਾਰੇ ਜਥੇਬੰਦੀਆਂ ਇਕੱਠੀਆਂ ਕਰਾਂਗੇ ਆਪਾਂ ਤਾਂ ਮੈਂ ਤਾਂ ਸਿੱਖ ਆਗੂਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਕੱਠੇ ਹੋਵੋ ਆਪੋ ਆਪਣੀ ਡਫਲੀ ਆਪੋ ਆਪਣਾ ਰਹਾਗਣਾ ਪਜਾਓ ਇਕੱਠੇ ਹੋਵੋ ਕੋਈ ਜਥੇਬੰਦੀ ਕੋਈ ਤੜਾ ਵੀ ਬਣਾਉਂਗੇ ਬਿਲਕੁਲ ਬਣਨਾ ਚਾਹੀਦਾ ਹੈ ਬਣਾਵਾਂਗੇ ਜਰੂਰ ਬਣਾਵਾਂਗੇ ਆ ਸਾਡੇ ਭਰਾ ਬਾਹਰ ਆ ਜਾਣ ਸਾਰੇ ਫਿਰ ਇਕੱਠੇ ਬੈਠ ਕੇ ਪ੍ਰੋਗਰਾਮ ਲਿਖਾਂਗੇ ਪੂਰੇ ਪੰਜਾਬ ਦੀ ਲੜਾਈ ਲੜਾਂਗੇ ਪੰਜਾਬ ਦੇ ਵਿੱਚ ਬਹੁਤ ਚੰਗੇ ਨੌਜਵਾਨ ਨੇ ਜਿਹੜੇ ਸਿਆਸਤ 'ਚ ਤਾਂ ਆਉਣਾ ਚਾਹੁੰਦੇ ਨੇ ਪਰ ਰਵਾਇਤੀ ਤਰ੍ਹਾਂ ਇਸ ਲਈ ਆਪਾਂ ਇੱਕ ਅਜਿਹੇ ਧੜਾ ਬਣਾਵਾਂਗੇ ਜਿਹੜਾ ਆਜ਼ਾਦ ਹੋਊਗਾ ਪੂਰਨ ਤੌਰ ਤੇ ਆਪਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੇ ਜਿਹੜਾ ਲੜਾਈ ਲੜਨ ਦੇ ਸਮਰੱਥ ਹੋਊਗਾ ਪੰਜਾਬ ਦੇ ਲੋਕਾਂ ਦੀ ਇੱਕ ਇਮਾਨਦਾਰ ਲੋਕਾਂ ਦੀ ਟੀਮ ਇਕੱਠੀ ਕਰਕੇ ਪੂਰੇ ਪੰਜਾਬ ਦੇ 117 ਸੀਟਾਂ ਤੇ ਲੜਾਂਗੇ 2027 ਚ ਕੋਈ ਤਾਂ ਹੈ ਨਹੀਂਗਾ ਕਿ ਆ ਚਾਰ ਹੀ ਲੜਨੀਆਂ ਜਿਮਨੀ ਚੋਣਾ ਚਾਰ ਵੀ ਲੜਾਂਗੇ 117 ਵੀ ਲੜਾਂਗੇ ਪਾਤਸ਼ਾਹ ਦੀ ਮਿਹਰ ਦੇ ਨਾਲ ਮੈਨੂੰ ਇਹ ਪਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਕਿਰਦਾਰਾਂ ਦਾ ਹੋਊਗਾ ਸਰਦਾਰਾਂ ਦਾ ਹੋਊਗਾ ਆਉਣ ਵਾਲਾ ਸਮਾਂ ਆਹ ਲੀਡਰਾਂ ਦਾ ਨਹੀਂ ਹੋਊਗਾ ਵਿਚਾਰਾਂ ਦਾ ਹੋ ਕਰਦਾਰਾਂ ਦਾ ਹੋ ਸਰਦਾਰਾਂ ਦਾ ਹੋ ਜਿਹੜੇ ਸੱਚਮੁੱਚ ਅਸਲੀ ਸਰਦਾਰ ਨੇ ਜਿਹੜੇ ਹਰੇਕ ਵਰਗ ਨੂੰ ਹਰੇਕ ਧਰਮ ਨੂੰ ਹਰੇਕ ਵਿਅਕਤੀ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੋਣਗੇ ਉਹਨਾਂ ਲੋਕਾਂ ਦਾ ਸਮਾਂ ਆਊਗਾ ਰਵਾਇਤੀ ਤਿਰਾਂ ਨੂੰ ਲੋਕਾਂ ਨੇ ਨਕਾਰ ਕੇ ਤੀਜੀ ਲਿਆਂਦੀ ਸੀ ਤੀਜੀ ਨੂੰ ਨਕਾਰ ਕੇ ਹੁਣ ਦੇਖੋ ਤੁਸੀਂ ਉਹ ਕਹਿੰਦੇ ਸੀ 13 ਜਿੱਤਾਂਗੇ ਤਿੰਨਾਂ ਤੇ ਆਗੇ ਨਾ ਪਰ ਹੁਣ ਤੁਸੀਂ ਇਹ ਦੇਖੋ ਵੀ ਉਹਨਾਂ ਦੀ ਹਾਲਤ ਕਿੰਨੀ ਭੈੜੀ ਹੋਣੀ ਹੈ 43 ਸੀਟਾਂ 92 ਤੁਸੀਂ ਦੇ 43 ਵਿਧਾਨ ਸਭਾ ਜਿੱਤੇ ਉਹਨਾਂ ਨੇ ਇਸ ਵਾਰ ਤਾਂ ਇਹਨਾਂ ਤੋਂ ਵੀ ਲੋਕ ਕੱਕ ਗਿਆ ਹੁਣ ਆਪ ਦੀ ਧਿਰ ਇਕ ਚਾਹੀਦੀ ਆ ਪੰਜਾਬ ਦੀ ਕੋਈ ਧਿਰ ਜਿਹੜੀ ਪੰਜਾਬ ਦੇ ਹੱਕਾਂ ਦੀ ਹਕੂਕਾਂ ਦੀ ਗੱਲ ਕਰਨ ਵਾਲੀ ਹੋਵੇ ਪੰਜਾਬ ਦੀ ਲੜਾਈ ਲੜਨ ਵਾਲੇ ਨੌਜਵਾਨਾਂ ਦੀ ਇੱਕ ਟੀਮ ਹੋਵੇ ਉਹ ਤੇ ਰਹੂਗੀ ਹਣ ਇੱਕ ਬੰਦਾ ਬਹੁਤ ਹੁੰਦਾ ਹੈ ਇਮਾਨਦਾਰ ਯਾਰ ਜੇ ਮੁੱਖ ਮੰਤਰੀ ਹੀ ਇਮਾਨਦਾਰ ਹੋਵੇ ਤਾਂ ਦੂਜਿਆਂ ਨੂੰ ਆਪਣੇ ਆਪ ਇਮਾਨਦਾਰੀ ਦਾ ਚੋਲਾ ਪਾਉਣਾ ਪੈਣਾ ਪਰ ਇੱਥੇ ਜਦੋਂ ਮੁੱਖ ਮੰਤਰੀ ਹੀ ਨਹੀਂ ਇਮਾਨਦਾਰ ਤੇ ਫਿਰ ਹੁਣ ਆ ਦੇਖ ਲਓ ਤੁਸੀਂ ਮੀਟਿੰਗਾਂ ਹੋ ਨਸ਼ੇ ਖਿਲਾਫ ਵੀ ਐਕਟਿਵ ਹੋਏ ਫਿਰਦੇ ਹੋ ਲੋਕਾਂ ਨੇ ਨਿਕਾਰਿਆ ਤਾਂ ਹੋਇਓ 2.5 ਸਾਲਾਂ 'ਚ ਤਾਂ ਤੁਸੀਂ ਕੋਈ ਗੱਲ ਹੀ ਨਹੀਂ ਕੀਤੀ ਨਾ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਨਾ ਤੁਸੀਂ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਲੋਕ ਤੁਹਾਡੇ ਮੂੰਹੋਂ ਵੇਖਦੇ ਆ ਲੋਕ ਰਵਨੀਤ ਬਿੱਟੂ ਦੀ ਕੀ ਕਹੋਂਗੇ ਰਵਨੀਤ ਬਿੱਟੂ ਬਾਰੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ ਕਿ ਮੈਂ ਫੇਵਰ ਕਰੂੰਗਾ ਉਹਨਾਂ ਚੰਗੀ ਗੱਲ ਆ ਜੇ ਫੇਵਰ ਕਰੋਗੇ ਤਾਂ ਭਾਈ ਛੜਾਓ ਬੰਦੀ ਸਿੰਘਾਂ ਨੂੰ ਪੰਜਾਬ ਸੇ ਛੜਿਆ ਕਰਜ਼ਾ ਮਾਫ ਕਰਾਓ ਐਮਐਸਪੀ ਦਾ ਕਾਨੂੰਨ ਤੁਹਾਡੀ ਪਾਰਟੀ ਨੇ ਕਿਹਾ ਸਰਕਾਰ ਨੇ ਕਿਹਾ ਸੀ ਭਾਜਪਾ ਨੇ ਕਿਹਾ ਸੀ ਅਸੀਂ ਲਾਗੂ ਕਰਾਂਗੇ ਐਮਐਸਪੀ ਦੀ ਗਾਰੰਟੀ ਦਿੱਤੀ ਸੀ ਤਾਂ ਕਿਸਾਨ ਵਿਚਾਰੇ ਘਰਾਂ ਨੂੰ ਆ ਕੇ ਸੀ ਗਾਰੰਟੀ ਲੈ ਕੇ ਹੁਣ ਚੰਗੀ ਗੱਲ ਆ ਅਸੀਂ ਤਾਂ ਕਹਿੰਨੇ ਆ ਜੇ ਤੈਨੂੰ ਭਾਈ ਕਿਸੇ ਨੇ ਥਾਂ ਦਿੱਤੀ ਆ ਮੰਤਰੀ ਬਣਾਇਆ ਤਾਂ ਪਰ ਪੰਜਾਬ ਦੇ ਗੱਲ ਤਾਂ ਉੱਥੇ ਆ ਗਈ ਨਾ ਫਿਰ ਕਿ ਅਸੀਂ ਚਾਹੁੰਦੇ ਹਰੇਕ ਤਰ ਦੇ ਵਿੱਚ ਸਾਡਾ ਬੰਦਾ ਹੋਵੇ ਚੰਗਾ ਪਰ ਸਾਡੀ ਗੱਲ ਤਾਂ ਕਰੇ ਅੱਜ ਬੰਦੀ ਸਿੰਘਾਂ ਦੀ ਗੱਲ ਕਰੇਗਾ ਤਾਂ ਚੰਗੀ ਗੱਲ ਆ ਹੁਣ ਤੁਸੀਂ ਇਹ ਦੇਖੋ ਬਹੁਤ ਸਾਰੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰਕੇ ਬਾਹਰ ਆ ਚੁੱਕੇ ਆ ਹੁਣ ਤੁਸੀਂ ਇੱਕ ਦਿਨੋ ਦਲਜੀਤ ਸਿੰਘ ਮਿੱਟੂ ਨੇ ਉਹ ਬਾਹਰ ਆ ਗਏ ਉਹਨਾਂ ਨੇ ਕੀ ਗਲਵੜ ਕੀਤੀ ਉਹਨਾਂ ਨੇ ਕੀ ਕਾਰਵਾਈ ਕੀਤੀ ਇਹੋ ਜੀ ਉਹਨਾਂ ਨੇ ਕੀ ਗਲਤ ਕੀਤਾ ਬਾਹਰ ਆ ਕੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜਿਉ ਰਹੇ ਨੇ ਨੌਜਵਾਨਾਂ ਨੂੰ ਸੇਧ ਦੇ ਰਹੇ ਨੇ ਕਿਤਾਬਾਂ ਲਿਖ ਰਹੇ ਨੇ ਪੜ੍ਹ ਰਹੇ ਨੇ ਲੋਕਾਂ ਨੂੰ ਪੜ੍ਹਨ ਲਈ ਪ੍ਰੇਰਨਾ ਦੇ ਰਹੇ ਨੇ ਤੇ ਜੇ ਹੋਰ ਸਾਡੇ ਜਿਹੜੇ ਸਿੱਖ ਨੌਜਵਾਨ ਭਰਾ ਅੰਦਰ ਬਿਠੇ ਜਿਨ੍ਹਾਂ ਦੀਆਂ ਜਵਾਨੀਆਂ ਅੰਦਰ ਲੰਘੀਆਂ ਜਵਾਨੀਆਂ ਲੰਘ ਕੇ ਗਈਆਂ ਗਾਲ ਹੀ ਦਿੱਤੀਆਂ ਸਰਕਾਰ ਨੇ ਜਵਾਨੀਆਂ ਉਹਨਾਂ ਦੀਆਂ ਉਹ ਬਾਹਰ ਆ ਕੇ ਕੀ ਕਰਨਗੇ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਬਾਹਰ ਆਉਣ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਆਉਣ ਵਾਲੀ ਜਨਰੇਸ਼ਨ ਲਈ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨ ਉਹਨਾਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਨਵੇਂਆਂ ਨੂੰ ਪਤਿਤ ਪਾਉਣੇ ਨੂੰ ਠੱਲ ਪਾਉਣ ਉਹ ਤਾਂ ਆਪਾਂ ਆਪਣਾ ਆ ਕੇ ਫਰਜ਼ ਨਿਭਾਉਣਗੇ ਜੇ ਤੁਸੀਂ ਬ ਪੰਜਾਬ ਦੇ ਕਿਸਾਨਾਂ ਨੇ ਕੁਝ ਕਰੋਗੇ ਅਸੀਂ ਚੰਗਾ ਕਹਾਂਗੇ ਅਸੀਂ ਤਾਂ ਸਾਨੂੰ ਇਸ ਗੱਲ ਦਾ ਤਾਂ ਮਨਾਲ ਹੀ ਹੈ ਨਹੀਂ ਕਿ ਵੀ ਹਾਰ ਕਿਉਂ ਨੂੰ ਮੰਤਰੀ ਬਣਾਤਾ ਹਾਰ ਗਿਆ ਭਾਰਤੀ ਨੇ ਮੰਤਰੀ ਬਣਾਤਾ ਤੁਸੀਂ ਇੱਕ ਦੇਖੋ ਨਾ ਫਰਕ ਇੱਕ ਭਾਜਪਾਏ ਉਹ ਹਾਰੇ ਹੋਏ ਬੰਦਿਆਂ ਨੂੰ ਵੀ ਮੰਤਰੀ ਬਣਾ ਦਿੰਦੀ ਹੈ ਵੀ ਜਿਹੜੇ ਉਹਨਾਂ ਦੇ ਬੰਦੇ ਆ ਤੇ ਇੱਕ ਸਾਡੇ ਵਾਲੇ ਆ ਆਪਸ ਵਿੱਚ ਛੇਤਰੋ ਛੇਤਰੀ ਹੋ ਜਾਂਦੇ ਰਹਿੰਦੇ ਆ ਆਪਸ ਇੱਕ ਦੂਜੇ ਦੇ ਖਿਲਾਫ ਬੋਲ ਜਾਂਦੇ ਰਹਿੰਦੇ ਆ ਇੱਕ ਦੂਜੇ ਦੀ ਲੱਤਾਂ ਖਿੱਚੀ ਜਾਂਦੇ ਨੇ ਸਵੇਰ ਨੂੰ ਸਿੱਖ ਲਓ ਉਹਨਾਂ ਤੋਂ ਸਭ ਕੁਝ ਸਿੱਖ ਲਓ ਕੋਈ ਤਾਂ ਆ 100% ਮਾੜੀ ਆ ਭਾਜਪਾ ਸਾਨੂੰ ਵੀ ਪਤਾ ਹੈ ਸੂਬਿਆਂ ਦੇ ਹਿੱਤਾਂ ਲਈ ਪਰ ਕਿਤੇ ਕਿਤੇ ਨਾ ਕਿਤੇ ਆਪਣੇ ਬੰਦਿਆਂ ਲਈ ਤਾਂ ਚੰਗੀਆਂ ਹਨ ਉਹ ਜਿਹੜਾ ਉਹਨਾਂ ਨਾਲ ਖੜਦਾ ਉਹਨਾਂ ਨਾਲ ਤਾਂ ਖੜਦੀ ਆ ਨਾ ਤੁਸੀਂ ਆਪਦੇ ਬੰਦਿਆਂ ਨਾਲ ਵੀ ਨਹੀਂ ਖੜਦੇ ਤੁਸੀਂ ਆਪਦੇ ਬੰਦਿਆਂ ਦੀਆਂ ਲੱਤਾਂ ਖਿੱਚਣੇ ਸ਼ੁਰੂ ਕਰਦੇ ਨੇ ਯਾਰ ਪੰਜਾਬ ਦੇ ਹਿੱਤਾਂ ਲਈ ਜਿਹੜਾ ਲੜਦਾ ਉਹ ਕਿਤੇ ਵੀ ਖੜਾ ਲੜ ਰਿਹਾ ਕਿਤੇ ਬੈਠਾ ਲੜ ਰਿਹਾ ਉਹਦਾ ਵਿਰੋਧ ਨਹੀਂ ਚਾਹੀਦਾ ਵਿਰੋਧ ਚਾਹੀਦਾ ਮੌਕੇ ਦੀ ਸਰਕਾਰ ਦਾ ਵਿਰੋਧ ਚਾਹੀਦਾ ਉਹਨਾਂ ਸਿਆਸੀ ਲੋਕਾਂ ਦਾ ਜਿਨ੍ਹਾਂ ਨੇ ਪੰਜਾਬ ਨੂੰ ਕਾਲੇ ਦੌਰ ਦੇ ਵਿੱਚੋਂ ਕੱਢਣ ਲਈ ਯਤਨ ਨਹੀਂ ਕੀਤੇ ਜਿਨ੍ਹਾਂ ਨੇ ਕਾਲੇ ਦੌਰ 'ਚ ਠੱਕਿਆ ਉਹਨਾਂ ਦਾ ਵਿਰੋਧ ਕਰੋ ਜਿਹੜੇ ਲੋਕ ਲੜ ਰਹੇ ਨੰਗੇ ਤਾਂ ਸਰਕਾਰ ਦੇ ਖਿਲਾਫ ਬੋਲ ਰਹੇ ਤੁਸੀਂ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣੇ ਕਮਲਜੀਤ ਤੁਹਾਨੂੰ ਵੀ ਪਾਰਟੀ ਨੇ ਬਾਦਰਾਸਾ ਦਿਖਾਤਾ ਹੀ ਬਰਾੜ ਸਾਹਿਬ ਨੂੰ ਵੀ ਦਿਖਾਤਾ ਹੀ ਉਸ ਤੋਂ ਬਾਅਦ ਕਿਸੇ ਹੋਰ ਪਾਰਟੀ ਨੇ ਸੰਪਰਕ ਕੀਤਾ ਜਾਂ ਕੋਈ ਮਨ ਬਣਾਇਆ ਬਰਾੜ ਸਾਹਿਬ ਨੇ ਜਾਂ ਕਿਸੇ ਪਾਰਟੀ 'ਚ ਜਾਣਾ ਜਾਂ ਕੀ ਕਰਨਾ ਨਹੀਂ ਦੇਖੋ ਪਹਿਲਾਂ ਕਰਦੇ ਸੀ ਇਹ ਤਾਂ ਸੰਪਰਕ ਤਾਂ ਚੋਣ ਲੜਨ ਤੋਂ ਪਹਿਲਾਂ ਹੀ ਸੰਪਰਕ ਕਰ ਜਦੋਂ ਤਾਂ ਪਾਰਟੀ 'ਚੋਂ ਕੱਢਿਆ ਸੀ ਅਪਾ ਤੋਂ ਉਹਦੋਂ ਕਿਸੇ ਪਾਰਟੀ ਚ ਗਏ ਤੇ ਨਾ ਆਪਣਾ ਕੋ ਪਿੱਛੇ ਮੁੜਨ ਦਾ ਰਤਾ ਨਾ ਆਪਣਾ ਕਿਸੇ ਹੋਰ ਪਾਰਟੀ ਨਾਲ ਮਾਨਾ ਕਿਤੇ ਜਾਉਂਦਾ ਕਿਉਂਕਿ ਫਿਰ ਵਿਚਾਰਾਂ ਦੀ ਆਜ਼ਾਦੀ ਤਾਂ ਕਿਤੇ ਵੀ ਹੈ ਨਹੀਂ ਵਿਚਾਰਾਂ ਦੀ ਆਜ਼ਾਦੀ ਤਾਂ ਆਪ ਦਾ ਧੜਾ ਬਣਾ ਕੇ ਹੋਊਗੀ ਨਾ ਜੇ ਤੁਸੀਂ ਕਾਂਗਰਸ ਚ ਅਕਾਲੀ ਦਲ ਚ ਝਾੜੂ ਚ ਬੀਜੇਪੀ ਚ ਰਹੇ ਕਿ ਤੁਸੀਂ ਆਪਣੀ ਗੱਲ ਨਹੀਂ ਕਰ ਸਕਦੇ ਤੁਸੀਂ ਦੱਸ ਦੋ ਕਿਹੜਾ ਬੰਦਾ ਇਹਨਾਂ ਸਾਰੀਆਂ ਤਿਰਾਂ ਦੇ ਵਿੱਚ ਬੈਠਾ ਜਿਹੜਾ ਪੰਜਾਬ ਲਈ ਬੋਲਦਾ ਹੈ ਕੋਈ ਜੇ ਕੋਈ ਬੋਲਦਾ ਹੁੰਨ ਚਾਕੇ ਬਾਹਰ ਕੱਢ ਦਿੰਦੇ ਸੋ ਇਸ ਲਈ ਇਹਨਾਂ ਰਵਾਇਤੀ ਤਿਰਾਂ ਦੇ ਵਿੱਚ ਰਹਿਣਾ ਤਾਂ ਇੱਕ ਸਮਝ ਲਓ ਵੀ ਸਾਹ ਘੁੱਟਣ ਵਾਲੀ ਗੱਲ ਹੀ ਹੋ ਜਾਂਦੀ ਹੈ ਜੇ ਤੁਸੀਂ ਆਪਣੀ ਗੱਲ ਹੀ ਨਹੀਂ ਕਰ ਪਾਉਂਦੇ ਤਾਂ ਹੌਣ ਸੱਟ ਕੇ ਮਗਰਮਗ ਉੱtre ਜਾਓ ਯਾਰ ਐ ਤਾਂ ਬਹੁਤ ਲੋਕ ਐਮਐਲਏ ਐਮਪੀ ਬਣੇ ਆ ਉਹਨਾਂ ਦਾ ਕੀ ਫਾਇਦਾ ਐ ਐ ਤਾਂ ਬਹੁਤ ਵਾਰੀ ਲੋਕ ਪੰਜ-ਪੰਜ ਵਾਰ ਮੁੱਖ ਮੰਤਰੀ ਵੀ ਬਣ ਗਏ ਉਹਨਾਂ ਨੂੰ ਯਾਦ ਥੋੜੀ ਕੀਤਾ ਜਾਂਦਾ ਉਹਨਾਂ ਨੂੰ ਤਾਂ ਉਸ ਕਾਲੇ ਦੌਰ ਵਜੋਂ ਯਾਦ ਕੀਤਾ ਜਾਂਦਾ ਗੋਲਡਨ ਪੀਰੀਅਡ ਥੋੜੀ ਕਿਹਾ ਜਾਂਦਾ ਉਹਨਾਂ ਦਾ ਵੀ ਪੰਜ ਵਾਰ ਮੰਨ ਲਓ ਬਾਦਲ ਮੁੱਖ ਮੰਤਰੀ ਬਣਿਆ ਕਿਸੇ ਨੇ ਤਾਂ ਨਹੀਂ ਕਦੇ ਕਿਹਾ ਕਿ ਪੰਜ ਵਾਰ ਬਣ ਕਿਉਂ ਨੇ ਆ ਬਹੁਤ ਚੰਗਾ ਕੰਮ ਕੀਤੇ ਨਾ ਇਹ ਕਿਹਾ ਵੀ ਉਹਨੇ ਹਮੇਸ਼ਾ ਨੁਕਸਾਨ ਕੀਤਾ ਸਿੱਖੀ ਦਾ ਕੌਮ ਦਾ ਸੋ ਇਹ ਐਮਪੀ ਐਮਐਲਏ ਬਣ ਜਾਣਾ ਮੰਤਰੀ ਬਣ ਜਾਣਾ ਮੁੱਖ ਮੰ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਬਣਾਇਆ ਹੈ ਜਿਨ੍ਹਾਂ ਨੇ ਤੁਹਾਨੂੰ ਅੱਗੇ ਲੈ ਕੇ ਆਂਦਾ ਉਹਨਾਂ ਲਈ ਕੁਝ ਕਰ ਗੁਜ਼ਰਨਾ ਉਹਨਾਂ ਲਈ ਲੜਾਈ ਲੜਨੀ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਪ੍ਰਾਪਤੀ ਇਹਨੂੰ ਕਿਹਾ ਜਾਂਦਾ ਉਹਨਾਂ ਨੂੰ ਉੱਥੋਂ ਤੱਕ ਪਹੁੰਚਾਉਣਾ ਉਹਨਾਂ ਦੀ ਮੰਜ਼ਿਲ ਵੱਲ ਲੈ ਕੇ ਜਾਣਾ ਇਸ ਗੱਲ ਨੂੰ ਪ੍ਰਾਪਤੀ ਨਹੀਂ ਕਿ ਆਹ ਜ਼ਰੂਰ ਬਣਾਵਾਂਗੇ ਹਰ ਕਾ ਪ੍ਰਮਾਤਮਾ ਦੀ ਕਿਰਪਾ ਨਾਲ ਕਿ ਬੜੀ ਚੰਗੇ ਨੌਜੋਨਾ ਬਣਾਵਾਂਗੇ ਰਵੈਤੀ ਧਰਾਂ ਨੂੰ ਜ਼ਰੂਰ ਖੁੰਝੇ ਲਾਵਾਂਗੇ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਪਰ ਉਹਨਾਂ ਨੂੰ ਰਸਤਾ ਨਹੀਂ ਲੱਭ ਰਿਹਾ ਹੁਣ ਜਿਵੇਂ ਆਪਾਂ ਆਪਣੀ ਗੱਲ ਕੀਤੀ ਹੈ 13 ਦਿਨਾਂ ਦੇ ਵਿੱਚ 42000 ਵੋਟ ਇੱਕ ਆਪਣੇ ਆਪ ਦੇ ਵਿੱਚ ਸੰਕੇਤ ਆ ਨਾ ਇਸ਼ਾਰਾ ਹੈ ਨਾ ਕਿ ਲੋਕ ਰਵੈਤੀ ਤਰ੍ਹਾਂ ਤੋਂ ਔਖੇ ਆ ਜਿੱਥੋਂ ਤੱਕ ਸਾਡੀ ਪਹੁੰਚ ਹੋਏ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚੀ ਉੱਥੋਂ ਤੋਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਕਦੋਂ 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 ਬਣਾ ਲਵੋਗੇ ਤੁਹਾਡਾ ਜਿਹੜਾ ਹਾਂ ਬੱਸ ਸਾਡੀ ਟੀਮ ਤਿਆਰ ਹੀ ਹੈ ਅਸੀਂ ਪਿੰਡੋਂ ਪਿੰਡ ਜਾ ਰਹੇ ਹੁਣ ਅਸੀਂ ਆ ਸਤਲੁਜ ਦਰਿਆ ਤੇ ਕੰਮ ਕਰ ਰਹੇ ਆ ਬੁੱਢੇ ਨਾਲੇ ਦਾ ਪਾਣੀ ਜਿਹੜਾ ਗੰਦਾ ਪਾਣੀ ਕਾਲਾ ਪਾਣੀ ਚਹਿਰ ਵਾਲਾ ਪਾਣੀ ਜਿਹੜਾ ਬਿਮਾਰੀਆਂ ਵੰਡਣ ਵਾਲਾ ਪਾਣੀ ਪੰਜਾਬ ਸਾਡੇ ਸਾਫ਼ ਪਾਣੀ ਦੇ ਵਿੱਚ ਪੈ ਰਿਹਾ ਅਸੀਂ ਉਹਦੀ ਲੜਾਈ ਵੱਡੀ ਹੋਈ ਆ ਹੁਣ ਉਦੇ ਵਾਸਤੇ ਅਸੀਂ ਪਿੰਡੋਂ ਪਿੰਡ ਲਾਮਬੰਦੀ ਸ਼ੁਰੂ ਕਰਨੀ ਹੈ ਉਸ ਤੋਂ ਬਾਅਦ ਅਸੀਂ ਇਹੀ ਇਸੇ ਕੰਮ ਨੂੰ ਲੱਗੇ ਹੋਏ ਹਾਂ ਨਾ ਪੰਜਾਬ ਦੇ ਲੋਕਾਂ ਨੂੰ ਜਗਾ ਕੇ ਪੰਜਾਬ ਦੇ ਉਹ ਪੰਜਾਬ ਦੀ ਜਵਾਨੀ ਅੱਗੇ ਲੈ ਕੇ ਆਉਣੀ ਹੈ ਜਿਹੜੀ ਹੱਕੜਾ ਖੇਲਣ ਦੇ ਸਮਰੱਥ ਹੋਵੇ ਜਿਹੜੀ ਮੂਰਤ ਹਣ ਨੀਵੀਂ ਪਾਲੇ ਬਿਨਾ ਜਿਵੇਂ ਹੁਣ ਭਗਵਾਨਤਮਨ ਨੀਵੀਂ ਪਾਈ ਬੈਠਾ ਹੈ ਤੇ ਇਹ ਜੋ ਆਗੂਆ ਤੋਂ ਅਸੀਂ ਲੈਣਾ ਕੀ ਆ ਤਾਂ ਛੱਡ ਦੇਣੀ ਚਾਹੀਦੀ ਉਹਨੂੰ ਕੁਰਸੀ ਜਾਂ ਉਹ ਪੰਜਾਬ ਨਾਲ ਖੜਾ ਹੋ ਜੇ ਅੱਜ ਉਹ ਪੰਜਾਬ ਨਾਲ ਖੜਾ ਹੋ ਜੇ ਐਲਾਨ ਕਰਕੇ ਕੱਲ ਨੂੰ ਵੀ ਲੋਕ ਉਹ ਤੇ ਭਰੋਸਾ ਕਰ ਲੈਣਗੇ ਉਹਨੂੰ ਇਕੱਲੇ ਨੂੰ ਜਿਤਾ ਦੇਣਗੇ ਪਰ ਜਦੋਂ ਅੱਜ ਸਟੈਂਡਿੰਗ ਲੈਣਾ ਕਿਸੇ ਨੇ ਸਟੈਂਡ ਵਾਲੇ ਲੋਕਾਂ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਂਦਾ ਇਹ ਗੱਲ ਸਾਡੇ ਰਾਜਨੀਤਿਕ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ। ਬਿਲਕੁਲ ਇਹ ਨਹੀਂ ਸਾਡੇ ਨਾਲ ਕਮਲਜੀਤ ਸਿੰਘ ਬਰਾੜ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਧੜਾ ਜ਼ਰੂਰ ਬਣਾਵਾਂਗੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਧੜਾ ਬਣਾਵਾਂਗੇ ਔਰ ਰਵਾਇਤੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਖੁੰਝੇ ਜ਼ਰੂਰ ਲਾਵਾਂਗੇ ਔਰ ਦੂਜੇ ਪਾਸੇ ਗੱਲ ਕੀਤੀ ਬਰਾੜ ਸਾਹਿਬ ਨੂੰ ਪਿਤਾ ਜੀ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਔਰ ਇਹ ਵੀ ਕਿਹਾ ਕਿ ਪਾਰਟੀ ਦਾ ਦੋਹਰਾ ਮਾਪਦੰਡ ਕਿਉਂ ਸਾਹਮਣੇ ਹੈ। ਇੱਕ ਸਕਸ਼ ਜਿਹੜਾ ਬੈੱਡ ਤੇ ਸੀ ਬਿਮਾਰ ਹਾਲਤ ਦੇ ਵਿੱਚ ਸੀ ਜਿਹੜਾ ਕਿਤੇ ਜਾ ਵੀ ਨਹੀਂ ਸਕਦਾ ਉਹਨੂੰ ਪਾਰਟੀ ਤੋਂ ਬਾਹਰ ਕਿਉਂ ਕੱਢਿਆ ਦੀਪਕ ਸਿੰਘਲਾ ਨਿਊ ਜਟਿੰਗੋਗਾ